ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚੇ ਹਾਂ ਦੋਸਤੋ ਪਿੰਡ ਟੋਟੀਆਂ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ। ਵੀਰ ਹਰਜੀਤ ਕੋਲ ਆਏ ਹਾਂ ਦੋਸਤੋ। ਵੀਰ ਹਰਜੀਤ ਦਾ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ, ਪਸ਼ੂ ਵਪਾਰ ਦਾ ਕਿੱਤਾ ਵਾ, ਵਿਕਰੀ ਵਾਲੇ ਪਸ਼ੂ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ। ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਟੋਟਲ 6 ਕੁ ਨਗ ਦਿਖਾਉਣੇ ਆ, ਜਿਨ੍ਹਾਂ ਦੇ ਵਿੱਚੋਂ ਦੋਸਤੋ 2 ਮੱਝਾਂ ਤੁਸੀਂ ਸਾਹਮਣੇ ਦੇਖ ਰਹੇ ਜੇ, ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ, ਨਾਲ ਬੱਚੇ ਹੋਣਗੇ, ਪ੍ਰੋਪਰ ਤੁਹਾਨੂੰ ਦਿਖਾਵਾਂਗੇ। 2 ਕੱਬਣ ਜਿਹੜੀਆਂ ਦੋਸਤੋ ਤਿਆਰੀ ਵਾਲੀਆਂ, ਤੇ 2 ਨਗ ਜਿਹੜੇ ਆ ਦੋਸਤੋ, ਇੱਕ ਵੈੜ ਆ ਤੇ ਇੱਕ ਮੱਝ ਬਿਨ ਬੱਚੇ ਤੋਂ ਆ। ਦੁੱਧ ਕਿੰਨਾ ਕਿੰਨਾ ਉਹਨਾਂ ਪਸ਼ੂਆਂ ਥੱਲੇ ਤੇ ਕੀ ਰੇਟ ਭਾਅ ਪੜਦੇ ਰਹਿਣ ਵਾਲੇ ਆ, ਪੂਰੀ ਡਿਟੇਲ ਜਿਹੜੀ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਸੋ ਨਗ ਟੋਟਲ 206 ਆ। ਸੋ 6 ਨਗਾਂ ਦੀ ਡਿਟੇਲ ਮਿਲ ਜੂਗੀ। ਬਾਕੀ ਵੱਧ ਤੋਂ ਵੱਧ ਦੋਸਤੋ ਅੱਗੇ ਵੀਡੀਓ ਸ਼ੇਅਰ ਕਰ ਦਿਓ ਨਵੇਂ ਫਾਰਮਰ ਵੀਰਾਂ ਤੱਕ, ਤਾਂ ਜੋ ਦੋਸਤੋ ਉਹਨਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਸਕੇ। ਅੱਜ ਤਰੀਕ ਦੋਸਤੋ 22 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ। ਸਮਾਂ ਕੋਈ ਸ਼ਾਮ ਦੇ 6:30 ਵਜੇ ਦਾ ਹੈ, ਵੈਸੇ ਚੁਆਈ ਵਾਲਾ ਸਮਾਂ ਦੋਸਤੋ, ਠੀਕ ਆ ਜੀ। ਹੋ ਸਕਿਆ ਤਾਂ ਵਿੱਚ ਬਿਲਕੁਲ ਜਿਹੜੇ ਪਸ਼ੂ ਸੋਏ ਆ ਉਹ 2-2, 4-4 ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾ ਦਾਂਗੇ। ਤੇ ਖਾਸ ਵਿਜਿਟ ਤੁਸੀਂ ਪਿੰਡ ਟੋਟੀਆਂ ਕਰਨੀ ਹੈ, ਨਸ਼ਹਿਰੇ ਪੰਨੂਆਂ ਤੋਂ ਤੇ ਸ਼ੇਰੋਂ ਤੋਂ ਕੋਈ 5-5 ਕਿਲੋਮੀਟਰ ਦੀ ਦੂਰੀ ਆ। ਆਓ ਲੈਂਦੇ ਹਾਂ ਵਧੇਰੇ ਡਿਟੇਲ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਹਰਜੀਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਕੀ ਹਾਲ ਨੇ? ਬਹੁਤ ਵਧੀਆ ਹਰਜੀਤ ਬਾਈ, ਫਾਰਮਿੰਗ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਹਰਜੀਤ। ਹੋਰ ਭਾਈ ਕੀ ਹਾਲ ਨੇ ਤੇਰੇ? ਹਰਜੀਤ ਬਾਈ ਕਿਵੇਂ, ਪਸ਼ੂ ਆਈ ਚਲਾਈ ਵਧੀਆ ਚੱਲੀ ਜਾਂਦੇ ਫਿਰ? ਹਾਂਜੀ ਹਾਂਜੀ ਵੀਰ ਜੀ, ਬਸ ਥੋੜਾ ਜਿਹਾ ਝੋਨੇ ਝੋਨੇ ਦਾ ਕਰਕੇ ਬ੍ਰੇਕ ਲੱਗੀ। ਹਾਂਜੀ, ਬਾਕੀ ਆਈ ਚਲਾਈ ਆਪਣਾ ਰੁਟੀਨ ਦੇ ਵਿੱਚ ਕੰਮ ਚੱਲਦਾ ਗਿਆ ਜੀ। ਰੁਟੀਨ 'ਚ ਪਸ਼ੂ ਆਉਂਦੇ ਆ? ਹਾਂਜੀ ਰੁਟੀਨ 'ਚ ਪਸ਼ੂ। ਠੀਕ ਹੈ ਜੀ। ਹਾਂਜੀ, ਵੈਸੇ ਮੈਨੂੰ ਲੱਗਦਾ ਵੀ ਹਰ ਵਾਰ ਜਦੋਂ ਵੀ ਆਪਾਂ ਪਹਿਲੀਆਂ ਵੀਡੀਓ ਦਿਖਾਈਆਂ ਪਸ਼ੂ ਕੋਈ 8-7 ਨਾਗ ਹੀ ਹੁੰਦੇ ਆ। ਹਾਂਜੀ, ਨਾਗ ਇੰਨੇ ਕਿ ਆਪਣੇ ਕੋਲ ਆਪਣੇ 2 ਕ ਆਪਣੇ ਘਰ ਵਾਲੀਆਂ ਸਾਈਡ ਤੇ ਬੱਧੀਆਂ ਲੱਗੀਆਂ ਵਾ, ਤੇ ਬਾਕੀ 7-8 ਨਾਗ ਆਪਣੇ ਕੋਲ ਪ੍ਰੋਪਰ ਹਾਜ਼ਰ ਰਹਿੰਦੇ ਆ ਜੀ। ਹਾਜ਼ਰ ਰਹਿੰਦੇ ਇਹ ਸਵੇਰੇ ਜਾਣੇ ਆ, ਹੋਰ ਵੀ 4 ਸਾਈਡ ਤੇ ਫੜੀਆਂ ਆਪਣੇ ਬੱਧੀਆਂ ਵਾ, ਉਹ ਇਹਨਾਂ ਜਾਂਦੇ ਸਾਰੀ ਉਹ ਆਣੀਆਂ। ਸਹੀ ਆ ਜੀ। ਹਾਂਜੀ ਹਾਂਜੀ। ਲਓ ਦੋਸਤੋ, ਵੈਸੇ 1-1 ਕਿੱਲੇ ਦੇ ਉੱਪਰ ਤੁਹਾਨੂੰ ਜਿਹੜੇ ਕੋਈ 8-7 ਨਾਗ ਜਿਹੜੇ ਆ ਇਸ ਘਰੋਂ ਵੇਖਣ ਦੇ ਵਿੱਚ ਪਹਿਲਾਂ ਵੀ ਮਿਲਦੇ ਰਹੇ ਆ, ਤੇ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਕੋਈ ਟੋਟਲ 6 ਨਾਗ ਦਿਖਾ ਦਾਂਗੇ, ਠੀਕ ਆ ਜੀ। ਬਾਕੀ ਐਨੀਮਲ ਚੰਗੇ ਹੁੰਦੇ ਆ, ਰੇਟ ਪੜਤਾ ਦੋਸਤੋ ਜਿੰਨਾ ਵੀ ਹੋ ਸਕਿਆ ਬਿਲਕੁਲ ਵਾਜਬ ਕਰਾਉਣ ਦੀ ਆਪਣੀ ਗੱਲਬਾਤ ਰਹੂਗੀ, ਠੀਕ ਆ ਜੀ। ਸ਼ੁਰੂਆਤ ਕਰ ਲਾਂਗੇ ਹਰਜੀਤ, ਜਿੱਦਾਂ ਆਪਾਂ ਜ਼ਿਕਰ ਕੀਤਾ 2 ਸੂਈਆਂ ਤਾਜ਼ੀਆਂ ਆਪਣੇ ਕੋਲ। ਹਾਂਜੀ ਹਾਂਜੀ ਹਾਂਜੀ। ਤੇ 2 ਗੱਬਣ ਤੇ 2 ਬਿਨ ਬੱਚੇ ਤੋਂ 2 ਬਿਨ ਬੱਚੇ ਤੋਂ। ਹਾਂਜੀ ਹਾਂਜੀ ਹਾਂਜੀ। ਠੀਕ ਆ, ਮੁੱਲ ਬਿਲਕੁਲ ਫਿਰ ਹਿਸਾਬ ਕਿਤਾਬ ਵਾਲੇ ਸੰਧੂ ਸਾਹਿਬ, ਮੁੱਲ ਇਦਾਂ ਦੇ ਕਰਨੇ ਆ ਕਿ ਮਤਲਬ ਪਹਿਲੇ ਪਹਿਲੇ ਫੋਨ ਦੇ ਪਹਿਲੀ ਚਾਹ ਦੇ ਨਾਲ ਹੀ ਇਹ ਸਾਰੀਆਂ ਉੱਡ ਜਾਣ, ਤੇ ਸ਼ਾਮਾਂ ਤੱਕ 5-7 ਹੋਰ ਲਈ, ਕਿਉਂਕਿ ਸਾਈਡ ਤੇ ਬੱਧੀਆਂ ਵਾ, ਅਗਲੇ ਵੀ ਕਾਲੇ ਪੈ ਵੀ ਲੈ ਜਾਓ ਹਾਂ, ਤੇ ਆਪਣੇ ਕੋਲ ਜਗ੍ਹਾ ਨਹੀਂ ਹੋਣਾ। ਹਾਂ ਚਲੋ ਕੋਈ। ਹਾਂਜੀ ਹਾਂਜੀ, ਹੌਲਾ ਕਰ ਦਈਏ, ਕੋਈ ਮਾਲ ਆਪਣੇ ਪੈਰ ਤੋਂ ਦੇ ਦਈਏ। ਹਾਂਜੀ ਹਾਂਜੀ ਹਾਂਜੀ। ਲੈ ਵੀ ਅਰਜੀਤ ਵੀਰੇ, ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਝੋਟੀ ਤੋਂ ਕਰ ਲਈਏ, ਅਸੀਂ ਮੱਝ ਤੋਂ ਕਰ ਲਈਏ। ਸੰਧੂ ਸਾਹਿਬ, ਪਹਿਲਾ ਸੂਆ ਸੂਈ ਆ। ਅੱਛਾ ਜੀ। ਤੇ ਦੇਣਾ ਜੀ ਸੂਈ ਨੂੰ ਚੌਥਾ। ਠੀਕ ਹੈ ਜੀ। ਕੱਲ ਸ਼ਾਮੀ ਆਪਾਂ ਪ੍ਰੋਪਰ ਖਾਲੀ ਕੀਤੀ ਆ। ਅੱਛਾ ਜੀ। ਤੇ ਇਹਦੇ ਥੱਲੇ ਸੰਧੂ ਸਾਹਿਬ 8 ਤੋਂ ਲੈ ਕੇ 9 ਦੇ ਵਿੱਚ ਬੌਲਾ ਲਾਲੇ, ਕੋਈ ਕੱਚਾ ਦੁੱਧ ਲਾਲੇ। ਠੀਕ ਆ। ਠੀਕ ਹੈ ਜੀ। ਪਹਿਲਾ ਸੂਆ ਮੂੰਹ 6 ਦਾਂ ਦੇ ਆ। ਠੀਕ ਆ ਜੀ। ਉਧਰ ਬਾਹਰ ਲੈ ਜੀ। ਅਸਾ ਸੂਈ ਕੱਲ ਹੀ ਹੈ ਇਹ? ਨਹੀਂ ਵੀਰੇ, ਇਹਨੂੰ ਅੱਜ ਚੌਥਾ ਦਿਨ ਸੂਈ। ਚੌਥਾ ਦਿਨ? ਹਾਂਜੀ, ਚੌਥਾ ਦਿਨ ਸੂਈ। ਮਗਰ ਕੱਟੀ ਆ ਗਈ ਹੈ? ਮਗਰ ਕੱਟੀ ਆ ਜੀ। ਇਹ ਬੌਲਾ ਕਿੰਨਾ ਕੁ ਦੱਸਿਆ ਸੀ? ਇਹਦੇ 8-9 ਲੀਟਰ ਦੇ ਵਿੱਚ ਆ ਜੀ। ਠੀਕ ਆ ਜੀ। ਤਾਂ ਦੱਸੋ 8-9 ਲੀਟਰ ਬੌਲੇ ਤੋਂ ਸ਼ੁਰੂਆਤ ਕੀਤੀ ਆ, ਅੱਜ 64 ਦਿਨਾਂ ਦੀ ਸੂਈ ਆ, ਤੇ ਮੂੰਹੋਂ ਦੰਦੀ 6 ਦੱਸ ਰਿਹਾ ਵੀਰ, ਤੇ ਬਾਕੀ ਕਦਕੂਦ ਸੋਹਣਾ ਝੋਟੀ ਦਾ। ਠੀਕ ਆ ਜੀ। ਮਗਰ ਵੀ ਕੱਟੀ ਆ ਤੇ ਚੌੜਾ ਪਿੱਠਪੁੜਾ, ਬਾਕੀ ਤੁਸੀਂ ਵੇਖ ਹੀ ਸਕਦੇ ਹੋ ਦੋਸਤੋ, ਸੂਣ ਤੋਂ ਬਾਅਦ ਵੀ ਕਰਮ ਵਾਲੀ ਜਿਉਂ ਦੀ ਤਿਉਂ ਹੀ ਆ। ਠੀਕ ਆ ਜੀ। ਕੋਈ ਸਰੀਰ ਵਾਲੇ ਪਾਸਿਓਂ ਜੇਕਰ ਦੇਖੀਏ ਤੇ ਕੋਈ ਇੱਕ ਵਾਰੀ ਪਸ਼ੂ ਠੱਪਿਆ ਜੇ ਜਾਂਦਾ, ਪਰ ਵੇਖੋ ਤੁਸੀਂ ਸਿਹਤ ਸੂਤ ਆ ਲਿਓ ਵੀਰ, ਸਿਹਤ ਸੂਤ ਪੂਰੀ ਮੇਨਟੇਨ ਆ। ਠੀਕ ਆ, ਬਿਲਕੁਲ ਛੋਟਾ ਸਿੰਘ ਤੇ ਪਲੀ ਪਲੀਤੀ ਪੂਰੀ ਆ। ਠੀਕ ਆ ਜੀ। ਸੋ ਰਾਜੀ ਆ, ਸਭੀ ਸੁਭੀ ਚੰਗੀ ਆ। ਦੇਖੋ
ਬਾਕੀ ਸੰਧੂ ਸਾਹਿਬ ਇਹਦੀ ਸੀਗੀ ਸੁੰਗੀ ਚੰਗੀ ਤਰ੍ਹਾਂ ਵਿਖਾ ਦਿਓ। ਝੋਟੀ ਉਧਰ ਦੀ ਆ, ਜਿੰਨਾ ਦਵਾਈ ਹੋਵੇ ਤੁਹਾਡੇ ਮਗਰੀ ਬੈਠੇ ਆ। ਅੱਛਾ ਜੀ, ਹਾਂਜੀ ਹਾਂਜੀ, ਤੇ ਝੋਟੀ ਉਧਰ ਦੀ ਆ, ਲਈ ਇਧਰੋਂ ਆ। ਅੱਛਾ, ਹੈ ਉਧਰ ਦੀ ਲਈ ਇਧਰੋਂ, ਲਈ ਇਧਰੋਂ ਆ। ਅੱਛਾ ਜੀ, ਠੀਕ ਹੈ ਜੀ। ਮਤਲਬ ਦੋਸਤੋ, ਜਿੰਨਾ ਘਰੋਂ ਆਈ ਆ ਉਹ ਵੀ ਵੀਰ ਕਹਿੰਦਾ ਵੀ ਅਸੀਂ ਮਦਰ ਦਾ ਮਿਲਕ ਕੋਈ 16-16 ਲੀਟਰ ਦੁੱਧ ਚੋਇਆ ਸੀ ਮਦਰ ਦੇ ਥੱਲੇ। ਇਹ ਸੰਧੂ ਸਾਹਿਬ ਉਧਰ ਨਾ ਪਿੱਛੋਂ ਲੈਣ ਦੀ ਆ, ਬੰਦੇ ਪੈਲੀ ਵੇਚ ਕੇ ਤੇ ਇੱਧਰ ਆ ਗਏ, ਬਾਬੇ ਦੇ ਪਿੰਡ ਪੈਲੀ ਲਈ ਉਹਨਾਂ ਨੇ, ਤੇ ਹੈ ਉਧਰੋਂ ਜੀਂਦ ਕੈਥਲ ਦੇ ਆ, ਮਾਲ ਡੰਗਰ ਆਪਣਾ ਉਧਰੋਂ ਲੈ ਕੇ ਆ ਇਹ, ਤੇ ਹੁਣ ਉਹਨਾਂ ਦਾ ਕੰਮ ਆ ਕਿ ਮਤਲਬ ਬੱਚੇ ਸ਼ਹਿਰ ਪੜਦੇ ਕਰਕੇ ਮਾਲ ਉਹਨਾਂ ਪ੍ਰੋਪਰ ਸੇਲ ਕਰਤਾ। ਠੀਕ ਹੈ ਜੀ, ਮਾਲ ਸੇਲ ਹੋ ਗਿਆ, ਸਾਰਾ ਸੇਲ ਕਰਤਾ। ਇਹ ਲਈ ਦੀ ਸੀ ਸੰਧੂ ਸਾਹਿਬ ਆਪਾਂ ਉੱਚੇ ਮੁੱਲ ਦੇ ਵਿੱਚ, ਤੇ 1.5 ਮਹੀਨਾ ਆਪਾਂ ਨੂੰ ਸਾਂਭਣੀ ਪੈ ਗਈ ਆ, ਉਹਨਾਂ ਨੂੰ ਮਹੀਨੇ ਦਾ ਭੁਲੇਖਾ ਪੈ ਗਿਆ। ਬੰਦੇ ਮਾੜੇ ਨਹੀਂ, ਆਪਣੇ ਸਾਂਝ ਵਾਲੇ ਆ, ਸੱਜਣ ਆ, ਮਹੀਨੇ ਦਾ ਭੁਲੇਖਾ ਉਹਨਾਂ ਨੂੰ ਪੈ ਗਿਆ, ਤੇ ਮੈਂ ਉਸ ਹਿਸਾਬ ਨਾਲ ਲਈ ਕਿ ਮੇਰੀ ਉਦੋਂ ਵਿਕਦੀ ਸੀ। ਠੀਕ ਹੈ ਜੀ, ਹੁਣ ਚਲੋ ਜਿੱਦਾਂ ਦਾ ਬਾਜ਼ਾਰ ਆ ਉਸ ਹਿਸਾਬ ਨਾਲ ਆਪਾਂ ਚੱਲ ਪੈਣਾ। ਬਿਲਕੁਲ ਜੀ, ਬਿਲਕੁਲ। ਹਾਂਜੀ, ਅੱਛਾ ਅਜੀਤ, ਬੋਲਾ ਤੁਸੀਂ ਦੱਸਦਾ, ਬੋਲੇ ਦੀ ਥਾਂ ਬੋਲਾ, ਚਲੋ ਦੁੱਧ ਕਰ ਜੂਗੀ ਜਦੋਂ ਬੋਲੇ ਚਲੇ ਸਾਫ ਹੋ ਗਈ। ਸੰਧੂ ਸਾਹਿਬ ਉਹ ਕਹਿੰਦੇ ਵੀ 14 ਲੀਟਰ ਸਾਡੀ ਪਹਿਲਾਂ ਕੱਟੀਆਂ ਚੱਲਦੀਆਂ ਵਾ, ਆਪਾਂ 14 ਲੀਟਰ ਨਹੀਂ ਕਹਿੰਦੇ, ਆਪਣਾ ਜੋ ਹੈਗਾ ਆਪਾਂ ਹੌਲੀ ਉਹ ਦੱਸ। ਬਿਲਕੁਲ, ਹਾਂਜੀ ਹਾਂਜੀ, ਤੇ ਉਹਦੇ ਅਕੋਰਡਿੰਗ ਅੱਜ ਕਿੰਨਾ ਮੁੱਲ ਕਰ ਦਾਂਗੇ ਝੋਟੀ ਦਾ? ਸੰਧੂ ਸਾਹਿਬ ਇਸ ਹਿਸਾਬ ਨਾਲ ਤੇ ਜੇ ਆਪਾਂ ਜਿਵੇਂ ਲਈ ਸੀ 1 ਲੱਖ ਲਾ ਕੇ ਪੈਂਦੀ ਆ, ਤੇ ਸਵਾ ਵੀ ਮੁੱਲ ਕਰਦੇ ਤੇ ਉਦੋਂ ਵਿਕਦੀਆਂ ਸੀ। ਸੰਧੂ ਸਾਹਿਬ ਮੁੱਲ ਕਰਨਾ ਲੈਣ ਦੇਣ ਵਾਲਾ, 85,000 ਰੁਪਇਆ ਸੰਧੂ ਸਾਹਿਬ ਮਾਨਤਾਨ ਕਰ ਦਾਂਗੇ 85 ਚੋਂ। ਹਾਂਜੀ, 85,000 ਚੋਂ ਮੈਂ ਉਹਦਾ ਦਿੰਦਾ ਨੀ ਕੋਈ ਏਦਾਂ ਦੀਆਂ ਝੋਟੀਆਂ, ਮੂੰਹ ਸ਼ਿੱਗੀ ਝੋਟੀ, ਹਰਿਆਣੇ ਦੀ ਝੋਟੀ, 85,000 ਤੇ 9 ਲੀਟਰ ਬੋਲਾ। ਬਿਲਕੁਲ ਜੀ, ਬਿਲਕੁਲ। ਹਾਂਜੀ, ਲਓ ਦੋਸਤੋ, ਆਹ ਥਣ ਲੇਵਾ ਇੱਕ ਵਾਰੀ ਤੁਸੀਂ ਦੇਖ ਲਓ, ਠੀਕ ਆ ਜੀ, ਬੋਲੇ ਤੇ ਆ ਜੇ ਅੱਜ 64 ਦਿਨਾਂ ਦਾ ਸੂਆ, 64 ਦਿਨਾਂ ਦੀ ਸੂਈ ਆ, ਤੇ ਪਹਿਲਾਂ ਝੋਟੀ ਆ, ਠੀਕ ਆ ਜੀ। ਮਦਰ ਮਿਲਕ ਵੀ ਵੀਰਾਂ ਦਾ ਵੀ, ਠੀਕ ਆ ਜੀ, ਪਿੱਛੋਂ ਬੋਲ ਆਏ ਸੀਗੇ ਵੀ 16 ਲੀਟਰ ਦੀ ਮਿਲਕਿੰਗ ਆ ਮਦਰ ਦੀ, ਠੀਕ ਹੈ ਜੀ। ਹਾਂਜੀ, ਲੈ ਵੀ ਹਰਜੀਤ, ਅੱਗੇ ਸੈਕੰਡ ਨੰਬਰ ਤੇ ਆ ਗਈ ਆਪਣੇ ਕੋਲ ਨੀਲੀ ਰਾਵੀ ਦੇ ਵਿੱਚ। ਸੰਧੂ ਸਾਹਿਬ, ਨੀਲੀ ਰਾਵੀ ਦਾ ਜਹਾਜ਼ ਆਏ, ਲਓ ਜੀ, ਨੀਲੀ ਰਾਵੀ ਆ ਤੇ ਨੀਲੀ ਰਾਵੀ ਦਾ ਜਹਾਜ਼ ਹੀ ਆ, ਨੀਲੀ ਰਾਵੀ ਦਾ ਜਹਾਜ਼ ਆ। ਹਾਂ, ਲਓ ਜੀ, ਤੋਂ ਚੌੜਾ ਪਿੱਠ ਪੂੜਾ ਦੋਸਤੋ, ਇਹ ਸੂਈ ਵੀ ਹੋਣੀ ਹੈ ਇੱਥੇ। ਸੰਧੂ ਸਾਹਿਬ, ਇਹਨੂੰ 2 ਘੰਟਾ ਗਿਆ ਬੱਚੇ ਦਿੱਤੇ ਨੂੰ, ਬੱਚਾ ਵੇਖੋ ਕਿੱਡਾ ਪਲਿਆ ਵਾ, ਮਗਰ ਇਹ ਸੰਧੂ ਸਾਹਿਬ ਹਰੀਕੇ ਡਾਇਮੰਡ ਦਾ ਬੱਚਾ ਜੋ, ਇਹ ਕੱਟਾ ਮੇਲ ਆ ਗਿਆ, ਕੱਟਾ ਮੇਲ ਆ ਗਿਆ ਜੀ, ਹਰੀਕੇ ਡਾਇਮੰਡ ਦਾ ਬੱਚਾ ਜੋ, ਠੀਕ ਆ ਜੀ। ਪਹਿਲੇ ਸੂਏ ਦਿੱਤੀ ਇਹਨੇ ਲਾਹੌਰੀ ਬੁੱਲ ਦੀ ਕੱਟੀ, ਜਿਹਦਾ ਅਨਸਰ ਦਾ 1.5 ਲੱਖ ਦੇਈ ਆਂਡੇ, ਪਰ ਉਹ ਨਹੀਂ ਦਿੰਦੇ, ਠੀਕ ਹੈ ਜੀ। ਦੂਜੇ ਸੂਏ ਪਿਸਟਲ ਦੀ ਕੱਟੀ ਰੇ ਮਗਰ, ਤੀਜੇ ਸੂਏ ਆ ਗਿਆ ਜੋ, ਠੀਕ ਹੈ ਜੀ। ਪੂਰੀ ਡਿਟੇਲ ਆ, ਬਾਕੀ ਇਹ ਆਪ ਕੀ ਦੀ ਆ, ਇਹਦੇ ਬਾਰੇ ਆਪਾਂ ਨੂੰ ਜੋ ਪਤਾ ਨਾ ਉਹਨਾਂ ਨੂੰ ਪਤਾ ਵਾ। ਪਿਛਲੇ ਸੂਬਿਆਂ ਦਾ ਕੋਈ ਦੁੱਧ ਪੁੱਛਿਆ? ਦੁੱਧ ਬਾਬਾ ਜੀ 16 ਲੀਟਰ ਦਿੰਦੇ ਵੀ, ਅਸੀਂ ਆਮ ਨਾਰਮਲ ਆਪਣੀ ਸੇਵਾ ਤੇ ਚੋਂਦੇ ਰਹੇ ਆ, ਤੁਸੀਂ ਚੋਲੋ 17, ਤੁਸੀਂ ਚੋਲੋ 18। ਹਾਂਜੀ, ਤੇ ਹੁਣ ਹੁਣ ਤੀਜਾ ਸੂਆ, ਤੀਜਾ ਸੂਆ ਪ੍ਰੋਪਰ ਸੂਈ ਆ ਜੀ, ਠੀਕ ਹੈ। ਹਾਂਜੀ, ਲਓ ਦੋਸਤੋ, ਤੀਜਾ ਸੂਆ, ਜਸਟ ਕੁਝ ਘੰਟਾ ਲਾ ਲਓ, ਕੋਈ ਅੱਧਾ ਘੰਟਾ ਲਾ ਲਓ, 1.5 ਘੰਟਾ ਲਾ ਲਓ, ਇੰਨਾ ਕੁ ਸਮਾਂ ਹੋਇਆ ਜੇ ਸੂਈ ਨੂੰ, ਜੇ ਅਜੂਰ ਪੈਣੀ ਹਜੇ ਬਾਕੀ ਆ, ਆ ਤੁਸੀਂ ਲੜ ਦੂੜ ਇੱਕ ਵਾਰੀ ਬੈਕ ਸਾਈਡ ਤੋਂ ਵੇਖ ਲਓ, ਅਜੇ ਲੰਮਕ ਰਿਹਾ, ਠੀਕ ਆ ਜੀ। ਤੇ ਬਾਕੀ ਤੁਸੀਂ ਵੇਖੋ ਦੋਸਤੋ, ਪਲੀ ਪਲੀਤੀ ਆ ਕਰਮ ਵਾਲੀ, ਕਿਸ ਹੱਦ ਤੱਕ ਪੂਰੀ ਜੰਮੀ ਪਲੀ, ਫੁੱਲ ਰਾਜੀ, ਚੌੜਾ ਦੇੜਾ ਦੋਸਤੋ, ਪਿੱਠ ਪੁੜਾ, ਹਵਾਨੀ ਲੇਵੀ ਦੀ ਬੰਤਰ ਬਹੁਤ ਖੂਬਸੂਰਤ, ਲੰਬਾ ਥਾਨ, ਤੇ ਥੱਲਿਓ ਕਰਮ ਵਾਲੀ ਜਿਹੜੀ ਦੋਸਤੋ ਪੰਡਾ ਪਾਈ ਖੜੀ ਆ ਅੱਜ ਦੇ ਟਾਈਮ, ਠੀਕ ਆ। ਫਿਲਹਾਲ ਬੌਲੇ ਤੇ ਚੱਲ ਰਹੀ ਆ, ਫਿਲਹਾਲ ਪਹਿਲੀ ਆ ਚਵਾਈ ਹੋਣੀ ਆ, ਤੇ ਕੁਝ ਕੁ ਧਾਰਾ ਮਾਰ ਮੂਰ ਕੇ ਕੁਰੀ ਚੈੱਕ ਕੀਤੀ ਆ, 2 ਕਿਲੋ ਸੰਧੂ ਸਾਹਿਬ ਕੁਝ ਮਤਲਬ ਚੋਇਆ, ਇਹਨੂੰ ਪਿਆਇਆ ਕੋਈ ਬੱਚੇ ਨੂੰ ਪਿਆਇਆ, ਕਿਵੇਂ ਨਿਕਲੀ ਚਵਾਈ? ਚਵਾਈ ਬਹੁਤ ਸੋਹਣੀ ਆ ਜੀ, ਐ ਜਮਾ ਰੂੰ ਵਰਗੀ, ਜਿੱਦਾਂ ਮੋਟਾ ਥਾਨ ਓਡੀ ਮੋਟੀ ਚਵਾਈ, ਮੈਂ ਨਾ ਐ ਨਾ ਬਾਲਟੀ ਪਾੜਨ ਤੱਕ ਜਾਂਦੀ ਆ ਰੇ, ਸਵਾਦ ਨਾਲ ਧਾਰ ਵੱਜਦੇ। ਤੇ ਫਿਰ ਚੋਵਾਂ ਕਿ ਕਿਹੜੇ ਭਾਂਡੇ ਚ? ਭਾਂਡੇ ਚੋਣੀ, ਬਾਲਟੀ ਚ ਪਾਣੀ, ਥੱਲੇ ਦੋਲ ਵਾਲੇ ਹੋਰ ਕੀ ਆ। ਅੱਛਾ, ਠੀਕ ਆ ਠੀਕ ਆ। ਉਹ ਮੈਂ ਕਿਹਾ ਕਈ ਵੀਰ ਕਹਿੰਦਾ ਨਾ ਫਰਸ਼ ਪੁੱਟ ਦਿੰਦੀ, ਫਰਸ਼ ਪਾੜ ਦਿੰਦੀ, ਨਹੀਂ ਫਰਸ਼ ਤੇ ਮਾਰੀ ਦੀ, ਧਾਰ ਨਹੀਂ ਮਾਰੀ ਦੀ ਬਾਬਾ ਜੀ, ਫਰਸ਼ਾਂ ਮੜ ਕੇ ਪਾਉਣੀਆਂ ਆਪਣੀਆਂ ਔਖੀਆਂ, ਅੱਗੇ 1.5 ਲੱਖ ਦੇ ਅੱਗੇ ਲਾਇਆ, ਮੁੜ ਕੇ ਔਖਾ ਹੋ ਜਾਂਦਾ ਫਰਸ਼ਾਂ ਵਾਲਾ ਕੰਮ। ਲਓ ਵੀਰ, ਇੱਕ ਵਾਰੀ ਖੋਲ ਕੇ ਦਿਖਾਉਣੇ, ਟੇਢੇ ਕੱਟ ਦੇ ਵਿੱਚ ਦੋਸਤੋ, ਟੇਢੇ ਕੱਟ ਜਾਂਦੇ ਬਿੱਲੀ ਮਣ ਕੀ ਆਖਿਆ ਜੀ, ਸੱਜੇ ਪਾਸੇ ਦੋਸਤੋ ਟੇਢਾ ਕੱਟ ਆ, ਤੇ ਟੇਢੇ ਕੱਟ ਦੇ ਵਿੱਚ ਵੀ ਬਹੁਤ ਵੀਰ ਸ਼ਕੀਨ ਹੁੰਦੇ ਆ ਪਸ਼ੂ ਖਰੀਦਣ ਦੇ, ਉਹ ਵੀ ਨੀਲੀ ਰਾਵੀ ਦੇ ਵਿੱਚ, ਤੇ ਚੰਗੇ ਚੌੜੇ ਪਿੱਠ ਪੁੜ ਦੇ ਵਿੱਚ, ਨਸਲ ਬਰੀਡ ਦੇ ਉੱਪਰ ਕਿਸੇ ਵੀਰ ਨੇ ਕੰਮ ਕਰਨਾ, ਤੇ ਮੈਨੂੰ ਲੱਗਦਾ ਵੀ ਇਹ ਜਿਹੜੀ ਦੋਸਤੋ ਤੁਸੀਂ ਮੱਝ ਜ਼ਰੂਰ ਖਰੀਦਣ ਦਾ ਵਿਚਾਰ ਬਣਾ ਲਿਓ, ਠੀਕ ਆ। ਬਾਕੀ ਇਹ ਮੂੰਹ ਟੱਡੀਆਂ ਦੀ ਕਰਮ ਵਾਲੀ ਇੰਨੀ ਕਿ ਸੀਲ ਸਾਊ ਆ। ਹਾਂ, ਲਓ ਜੀ, ਠੀਕ ਆ ਜੀ।
ਸੋ ਨਿਸ਼ਾਨੀਆਂ ਜੇਕਰ ਮਾਰਕਿੰਗ ਦੀ ਗੱਲ ਕਰੀਏ ਤਾਂ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਸਾਰਾ ਕੁਛ, ਅਤੇ ਬਾਕੀ ਸਿਹਤ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਦੋਸਤੋ ਕਹਿ ਦਿੰਦੇ ਵੀ ਮੰਜਾ ਡਿੰਦਾ ਕਰਮਾਲੀ ਦੇ ਉੱਪਰ, ਅਤੇ ਬਹੁਤ ਵਧੀਆ ਪਿੱਠ ਪੂੜਾ ਫੁੱਲ ਰਾਜੀ ਫੁੱਲ ਵਜਨ ਲੋੜ ਦੇ ਵਿੱਚ। ਹਾਂਜੀ ਹਾਂਜੀ ਲਓ ਜੀ, ਠੀਕ ਆ ਲੈ ਵੀ ਹਰਜੀਤ ਭਾਈ, ਜਿੱਦਾਂ ਚਲੋ ਤੁਸੀਂ ਗੱਲ ਕੀਤੀ ਹੈ ਪਿਛਲੇ ਸੂਬਿਆਂ ਦੇ ਹਿਸਾਬ ਨਾਲ, ਹਾਂਜੀ ਹਾਂਜੀ, ਤਾਂ ਵੈਸੇ ਇਹਨਾਂ ਹੱਕ ਵੀ ਰੱਖਦੀ ਹੈ ਮੱਝ, ਇਹਨੂੰ ਚਵਾਉਣਾ ਚਾਹੀਦਾ ਪੱਕੀ, ਇੱਕ ਚੰਗਾ ਖਰੀਦਦਾਰ ਮਿਲਣਾ ਵੀ, ਹਾਂਜੀ 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 ਇਹ ਤਾਂ ਪੱਕੀ ਗੱਲ, ਕੋਈ ਅੱਗੇ ਚੰਗੀ ਸੇਵਾ ਵਾਲਾ ਮਿਲ ਗਿਆ ਤਾਂ ਮੈਨੂੰ ਲੱਗਦਾ ਵੀ ਜਿੰਨੀ ਉਮੀਦ ਹੈ। ਹਾਂ ਬਾਬਾ ਦੋਸਤ, ਇੱਕ ਵਾਰੀ ਤੁਹਾਨੂੰ ਥੋੜਾ ਨੇੜਿਓਂ ਆਪਾਂ ਥਣਲੇਵਾ ਦਿਖਾ ਦਿੰਦੇ ਹਾਂ, ਕਰੋ ਚੈੱਕ ਮਾੜਾ ਜਿਹਾ ਆਹ ਬੈਕ ਸਾਈਡ ਤੋਂ ਦੇਖੋ, ਠੀਕ ਆ ਜੀ। ਵੈਸੇ ਇੱਕ ਥਣ ਜਿਹੜਾ ਵਾਈਟ ਆ ਅਗਲਾ, ਠੀਕ ਆ ਜੀ, ਬਹਿਣੀ ਵਾਲਾ ਅਗਲਾ ਥਣ ਵਾਈਟ ਆ, ਇਹ ਵੀ ਦੋਸਤੋ ਸੋਨੇ ਦੇ ਸੁਭਾਗੇ ਵਾਲੀ ਗੱਲ ਆ, ਨੀਲੀ ਰਾਵੀ ਦੇ ਵਿੱਚ ਤੇ ਨੀਲੀ ਦੀਆਂ ਮੱਝਾਂ ਦੇ ਵਿੱਚ। ਠੀਕ ਆ ਹਰਜੀਤ ਵੀਰੇ, ਲੈਣ ਦੇਣ ਦੀ ਗੱਲ ਕਰੀਏ ਤੇ ਕੀ ਡਿਮਾਂਡ ਕਰਦੇ ਆ, ਕਿੱਥੋਂ ਪਤਾ ਕਿਹੜੀ ਐਸ ਨੂੰ ਦੇ ਸੰਧੂ ਸਾਹਿਬ, ਜੇ ਤੇ ਕਿਸੇ ਬਰੀਡਰ ਬੰਦੇ ਕੋਲ ਹੁੰਦੀ ਭਾਵੇਂ 2-2.5 ਕਰ ਲੈਂਦਾ, ਠੀਕ ਹੈ ਜੀ, ਆਪਾਂ ਜਾਇਜ਼ ਹੀ ਲਈ, ਆਪਾਂ ਜਾਇਜ਼ ਦੇਣੀ ਆ। ਹਾਂਜੀ ਬਾਬਾ ਜੀ, 1-30 ਚੋਂ ਮਾਨਤਾਨ ਕਰ ਦਾਂਗੇ, 1-30 ਚੋਂ, ਹਾਂਜੀ ਠੀਕ ਹੈ ਜੀ। ਲਓ ਦੋਸਤੋ, 1,30,000 ਦੇ ਵਿੱਚੋਂ ਮਾਨਤਾਨ ਹੋ ਜਾਊਗਾ, ਠੀਕ ਹੈ ਜੀ। ਉਹ ਵੀ ਸ਼ੌਂਕੀ ਵੀਰਾਂ ਲਈ ਆ ਵੀ ਜਿਹੜੇ ਨੀਲੀ ਦਾ ਵੀ ਪਸ਼ੂ ਖਰੀਦਣਾ ਚਾਹੁੰਦੇ ਆ, ਗਾਂ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ, ਜਿੰਨਾ ਇਹਦਾ ਵਜਨ ਲੋੜ ਆ ਸੰਧੂ ਸਾਹਿਬ 70-80 ਹਜ਼ਾਰ ਦੀ ਤੇ ਉਦਾਂ ਹੀ ਹੈ। ਤੇ ਕਰਮਾ ਵਾਲੀ ਨੇ ਬੱਚਾ ਪਾਇਆ 10-15 ਹਜ਼ਾਰ ਦਾ, ਤੇ ਆਪਣੇ ਬੱਚਾ ਹੀ ਆ ਜਿੱਡਾ ਨਸਲ ਦਾ ਬੱਚਾ ਪਾਇਆ ਨੇ, ਬਿਲਕੁਲ। ਤੇ ਜਿਵੇਂ ਆਹ ਬਰੀਡ ਵਾਲੀ, ਜੇ ਬਰੀਡਰ ਬੰਦਾ ਲੈ ਜਾਏ ਤੇ ਬਾਬਾ ਜੀ ਇਹ ਗੱਲਾਂ ਹੀ ਆਉਂਦੀਆਂ। ਅੱਛਾ ਅਰਜੀਤ, ਅੱਗੇ ਆਪਾਂ ਤੀਜੇ ਨੰਬਰ ਤੇ ਇੱਧਰ ਆ ਜਾਈਏ ਵੀਰ। ਹਾਂਜੀ, ਤੇ ਆਹ ਮੱਝ ਜਿਹੜੀ ਆਪਣੇ ਕੋਲ, ਇਹ ਗੱਭਣ ਆ ਗਿਆ, ਦੋ ਨਾਲ ਇਹ ਗੱਭਣ ਆ ਜੀ। ਲਓ ਜੀ, ਅੱਗੇ ਦੋਸਤੋ ਤੀਜਾ ਨੰਬਰ ਆ, ਵੇਰਵਾ ਨਾਲ ਦੀ ਨਾਲ ਆਪਾਂ ਪਾਈ ਜਾਂਦੇ ਆ ਤੀਜੇ ਨੰਬਰ ਤੇ, ਇਹ ਮੱਝ ਆ ਗੱਭਣ ਆ, ਕੱਦ ਕੁੱਦ ਇਹਦਾ ਜਿਹੜਾ ਜੇਕਰ ਆਪਾਂ ਮੈਂਸ਼ਨ ਕਰੀਏ ਪੂਰਾ ਵੱਡਾ ਕੱਦ ਗਾਠ, ਠੀਕ ਆ ਜੀ। ਇਹ ਸੁਣੀ ਆ ਤੀਜਾ ਸੂਆ, ਤੀਜਾ ਸੂਆ ਸੰਧੂ ਸਾਹਿਬ ਸੁਣੀ ਆ, ਤੇ ਹਫਤੇ ਦੀ ਕੱਚੀ ਆ। ਅੱਛਾ ਜੀ, ਠੀਕ ਹੈ ਜੀ, ਉਹਨਾਂ ਦੇ ਮੁਕਾਬਲ ਹਫਤਾ ਰਹਿੰਦਾ ਵਾ, ਜੇ 2-4 ਦਿਨ ਉੱਤੇ ਵੀ ਖੜਦੀ ਆ ਤੇ ਸਮਝ ਲਓ ਵੀ ਉਹ 10 ਮਹੀਨੇ ਉੱਤੇ ਹੀ ਖੜਨ ਡਈ ਉਹ ਆ, ਕਿਉਂਕਿ ਬੰਦਾ ਵੀਰ ਕੋਈ ਕਾਲਾ ਵੀਰ ਭਰਾ ਨਾ ਪਵੇ ਵੀ ਇਹ 8 ਲੈ ਗਈ ਆ 9 ਲੈ ਗਈ ਆ, ਆਪਾਂ 6 ਤੋਂ ਲੈ ਕੇ 12 ਦਿਨ ਕਹਿੰਦੇ ਆ ਵੀ 6 ਤੋਂ ਲੈ ਕੇ 12 ਖੜੂਗੀ, ਮਤਲਬ ਕਿ ਆਪਾਂ 10-12 ਦਿਨਾਂ ਦੀ 10-12 ਦਿਨਾਂ ਦੀ, ਹਾਂਜੀ ਹਾਂਜੀ ਕਹਿੰਦੇ ਆ। ਤੇ ਤੀਜਾ ਸੂਆ ਪ੍ਰੋਪਰ ਆ, ਵਜਨ ਲੋਡ ਵਾਲੀ ਫੁੱਲ ਆ, ਤੇ ਇਹਦਾ ਸੰਧੂ ਸਾਹਿਬ 14-15 ਲੀਟਰ ਦਾ ਰਿਕਾਰਡ ਉਹਨਾਂ ਦੱਸਿਆ, ਉਹ ਸਾਨੂੰ ਇਹ ਗੱਲ ਕਹਿੰਦੇ ਕਿ 10,000 ਬਿਆਨਾ ਦੇ ਜੋ ਮੱਝ ਸਾਡੇ ਘਰ ਸੂ ਲੈਣ ਦੋ, ਜਿੱਦਣ ਇਹਦੇ 15 ਲੀਟਰ ਹੋ ਗਿਆ ਮੱਝ ਆ ਕੇ ਲੈ ਜਿਓ, ਠੀਕ ਹੈ ਜੀ। ਤੇ ਉਹ ਹੁਣ ਕੀ ਚੱਕਰ ਆ ਵੀ ਜੇ 12-15 ਨਹੀਂ ਦਿੰਦੀ, ਠੀਕ ਆ, ਉਹ ਕਹਿੰਦੇ ਵੀ 20,000 ਰੁਪਇਆ ਲੈ ਜਿਓ, ਇੰਨੀ ਕੁ ਗਰੰਟੀ ਆਈ ਆ। ਆਪਾਂ ਚੈੱਕ ਕਰਕੇ ਧਾਰਾ ਮਾਰ ਕੇ ਆਪਣੇ ਥਣ ਪਾਸ ਕਰਕੇ ਆਪਾਂ ਲੈਂਦੀ ਹੈ, ਇਹ ਹੁਣ ਕੋਈ ਆਪਣੇ ਵੀਰ ਸਮਝ ਲਾਵੇ ਤੇ, ਬਿਲਕੁਲ ਹਾਂਜੀ, ਕਿਉਂਕਿ 15 ਸੀਰੀ ਆਪਾਂ ਨੂੰ ਦੱਸ ਕੇ ਦਿੱਤੀ, 15 ਸੀਰੀ ਦੱਸ ਕੇ ਦਿੱਤੀ ਕਿ 15 ਲੀਟਰ ਤੋਂ ਅਸੀਂ ਚੋਇਆ ਇਹਦਾ ਆਪਦੇ ਘਰੇ, ਠੀਕ ਹੈ ਜੀ। ਤਾਂ ਦੋਸਤੋ ਇੱਕ ਵਾਰੀ ਪੂਰੇ ਤੁਸੀਂ ਮੱਝ ਤੁਸੀਂ ਦੇਖ ਲਓ ਪ੍ਰੋਪਰ ਤੇਜਾ ਸੂਬਾ, ਤੇ ਫੇਸਬੁੱਕ ਦੀ ਕੁਆਲਿਟੀ ਵੇਖ ਲਓ, ਬਾਕੀ ਕੱਦ ਬੋਤ ਦੀ ਗੱਲ ਕਰੀਏ ਤੇ ਵੱਡੀਆਂ ਮੱਝਾਂ, ਵੱਡੀਆਂ ਮੱਝਾਂ ਦੇ ਵਿੱਚ ਪੈਂਦੀ ਆ, ਠੀਕ ਆ, ਜਾਂ ਮੀਡੀਅਮ ਹਾਈਟ ਨਹੀਂ ਕਹਾਂਗੇ, ਵੱਡੀ ਮੱਝ ਆ, ਸਿੰਗਲ ਹੱਡੀ ਦੀ ਆ ਤੇ ਪਤਲੇ ਪਿੰਡੇ ਦੇ ਵਿੱਚ 10-12 ਕੁ ਦਿਨ ਹਜੇ ਪੇਂਡਿੰਗ ਆਏ ਦੇ ਸੂਣ ਦੇ ਵਿੱਚ, ਬਾਕੀ ਦੱਸਣ ਮੁਤਾਬਕ ਆ ਵੀਰ ਦੇ ਵੀ ਜਿੱਥੋਂ ਵੀ ਲਿਆਂਦੀ ਆ, ਠੀਕ ਆ ਜੀ, ਕੋਈ ਵੀਰਾਂ ਦਾ ਵੀ 15-15 ਲੀਟਰ ਚਵਾਉਂਦੀ ਰਹੀ ਆ ਪਿਛਲੇ ਸੂਬਿਆਂ ਦੇ, ਜੇਕਰ ਆਪਾਂ ਹਿਸਾਬ ਨਾਲ ਗੱਲ ਕਰੀਏ ਤੇ। ਬਾਕੀ ਤੁਸੀਂ ਵੇਖ ਲਓ ਕੱਦ ਬਹੁਤ ਕਿੱਡਾ ਚੌੜਾ ਪਿੱਠ ਪੁੜਾ, ਕੋਈ ਸ਼ੱਕ ਨਹੀਂ ਗਾ, ਠੀਕ ਆ ਜੀ, ਕਰਮ ਵਾਲੀ ਕਿਸੇ ਪਾਸਿਓਂ ਨਹੀਂ ਵਾਂਝੀ ਹੈਗੀ। ਇੱਕ ਵਾਰੀ ਤੁਹਾਨੂੰ ਥੋੜ੍ਹੇ ਆਪਾਂ ਥਣ ਵਿਖਾ ਦਈਏ ਇੱਧਰੋਂ।
ਵੇਣ ਵੂਣ ਕਾਫੀ ਦੋਸਤੋ ਹਵਾਨੇ ਲੇਵੇ ਤੇ ਆ, ਅਜੇ 12 ਦਿਨ ਪਿਆ ਦੋਸਤੋ, 12 ਦਿਨਾਂ ਦੇ ਵਿੱਚ ਕਰਮ ਵਾਲੀ ਲੈਂਟਰ ਲਾ ਦੂਗੀ ਹਰਜੀਤ ਜਿਵੇਂ ਨਾ ਨਾ ਸੰਧੂ ਸਾਹਿਬ ਫੁੱਟ ਫੁੱਟ ਬਾਹਰ ਆਏ ਨੇ ਜਿਹੜੇ ਹਿਸਾਬ ਨਾਲ ਦਿਨ ਦੱਸੇ ਆ, ਤੇ ਜਿੱਦਾਂ ਥੱਲੇ ਉਹਨਾਂ ਆਪਣਾ ਬਣਦੀ ਆਉਣ ਡਈ ਆ। ਠੀਕ ਆ, ਲਿਆਓ ਵੀਰ ਤੋਰ ਦਈਏ ਵੀ। ਠੀਕ ਆ ਜੀ, ਸੋ ਗੱਬਣ ਨਾ ਗਾ ਦੋਸਤੋ, ਕੋਈ ਵੀਰ ਆਪਣੀ ਤਿੱਪ ਕੇ ਤਸੱਲੀ ਕਰ ਲਏ, ਬਾਕੀ ਕਿਸੇ ਪਾਸੇ ਕੋਈ ਦੋਸਤੋ ਔਰ ਰੂਰ ਹੋਈ ਤਾਂ ਵਿੱਚੇ ਤੁਹਾਨੂੰ ਦੱਸ ਦਿੱਤੀ ਜਾਊਗੀ ਕਿਸੇ ਰਕਮ ਦਾ ਕੋਈ ਵੀ। ਸੰਧੂ ਸਾਹਿਬ ਜਿਹੜੇ ਡੰਗਰ ਸੁਗੇ ਆ ਉਹਨਾਂ ਦੀ ਘਰੇ ਆ ਕੇ ਤਸੱਲੀ ਕਰ ਲਏ ਕੋਈ ਵੀਰ ਭਰਾ। ਹਾਂ ਠੀਕ ਆ, ਖਣਾ ਦੀ ਵਾਧ ਘਾੜ ਹੈ, ਪ੍ਰੋਪਰ ਚੈੱਕ ਕਰੇ, ਦੂਜਿਆਂ ਨੂੰ ਤਿੱਪ ਕੇ ਲੈ ਜੇ, ਪਿੱਛੇ ਦੀ ਗਰੰਟੀ ਆਪਣੀ ਫੁੱਲ ਹੋਊਗੀ। 3-4 ਦਿਨ ਕੋਈ ਡੰਗਰ ਕੇ ਆਪਣਾ ਪਿੱਛਾ ਮਾਰ ਜੇ, ਉਹਦੀ ਆਪਣੀ ਫੁੱਲ ਗਰੰਟੀ ਹੈ ਜੀ। ਠੀਕ ਆ ਜੀ, ਲਓ ਵੀ ਬਿਲਕੁਲ ਜੀ ਬਿਲਕੁਲ। ਹਾਈਟ ਲੈਂਥ ਮੈਂ ਦੋਸਤੋ ਪਹਿਲਾਂ ਵੀ ਜ਼ਿਕਰ ਕੀਤੀ, ਇੱਕ ਵਾਰੀ ਫਿਰ ਕਨਫਰਮ ਕਰਾ ਦਿੰਦੇ ਹਾਂ, ਕੱਦ ਕੁੱਦ ਸੋਹਣਾ ਵੱਡੀਆਂ ਮੱਝਾਂ ਦੇ ਵਿੱਚ ਆ। ਠੀਕ ਆ ਜੀ, ਸੋ ਪੇਠਪੁੜਾ ਤੁਸੀਂ ਆ ਦੇਖ ਹੀ ਲਿਆ, ਬਿਲਕੁਲ ਹਜੇ 10 ਤੋਂ 12 ਕੁ ਦਿਨ ਹਜੇ ਪੇਂਟਿੰਗ ਆ। ਹਾਂ, ਤੇ ਪੂਰੀ ਤਸੱਲੀ ਦਿੱਤੀ ਆਪਾਂ ਨੂੰ। ਲਓ ਦੋਸਤੋ, ਬਿਲਕੁਲ ਸਾਫ ਸੁਥਰੀ ਦੋਸਤੋ, ਕਿਸੇ ਪਾਸੇ ਨੂੰ ਖੁੰਝੀ ਕਰਨ ਵਾਲੀ ਵੱਧ ਚੰਗੀ, ਸੋਹਣੇ ਕੱਦ ਕਾਠ ਦੇ ਵਿੱਚ ਤੇ ਸੋਹਣੀ ਲੇਵੇ ਦੀ ਬਣਤਰ ਜਿਹੜੀ ਦੋਸਤੋ ਬਣਾ ਰਹੀ ਆ। ਆਹ ਵੇਖ ਸਕਦੇ ਤੁਸੀਂ, ਲਾਇਆ ਲੋਇਆ ਕਾਫੀ ਭਿਆ ਕੇ ਕਰਮ ਵਾਲੀ, ਹਟ ਜਾ ਪਾਸੇ ਕਰਦੀ ਆ। ਸੰਧੂ ਸਾਹਿਬ ਮਾਰਦੀ ਛਾਲਾਂ, ਤਿੱਪਣ ਤੁੱਪਣ ਵੜੀ ਐ ਬੜੀ ਕਲੀਅਰ ਆਈ ਆ, ਪੋਲੀ ਆ ਬਿਲਕੁਲ। ਤੇ ਹਰਜੀਤ ਵੀਰੇ ਕੀ ਕਰਾਂਗੇ ਡਿਮਾਂਡ ਇਹਦੀ? ਸੰਧੂ ਸਾਹਿਬ ਜੇ ਇਹਦੀ ਹੁੰਦੀ ਸੂਈ ਫਿਰ ਭਾਵੇਂ ਲੱਖ ਕਰ ਲੈਂਦੇ, 95 ਕਰ ਲੈਂਦੇ, ਚਲੋ ਅਗਲੇ ਨੇ ਸਾਂਭਣੀ ਸੂਤਣੀ ਆ। ਠੀਕ ਆ ਜੀ, 85,000 ਕਰ ਦਾਂਗੇ ਤੇ 85 85 ਚੋਂ ਲਓ ਜੀ, 85,000 ਦੇ ਵਿੱਚੋਂ ਦੋਸਤੋ ਛੋਟ ਛੱਪਾ, 85,000 ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ। ਸੰਧੂ ਸਾਹਿਬ 82,000 ਦੀ ਹਾਂ ਨਾ ਹੋਣੀ, ਜੋ ਆਏ ਗਿਆ ਦਾ ਮਾਨਦਾਨ ਕਰ ਦਾਂਗੇ, ਕਸਰ ਕੁਸਰ ਕੱਢ ਹੀ ਸਾਰੀਆਂ ਕਸਰਾਂ ਕੱਢ ਕੇ, ਕਿਉਂਕਿ ਹੁਣ ਵੇਖਿਆ 500 ਰੁਪਇਆ ਛੋਟ ਕਰਾਂਗੇ 82,000 ਚੋਂ। ਪਹਿਲਾ ਫੋਨ ਇਹਦਾ ਹੀ ਆਵੇ ਸਵੇਰੇ। ਲੈ ਲਓ ਦੋਸਤੋ, ਬਾਕੀ ਤੁਸੀਂ ਨਗ ਵੇਖੋ, ਬਹੁਤ ਜ਼ਿਆਦਾ ਸਾਫ਼ ਸੁਥਰਾ। ਠੀਕ ਆ ਜੀ, 85 ਨੀ ਕੋਈ 83 ਨੀ ਕੋਈ 84 ਨੀ ਤੇ 82 ਦੇ ਵਿੱਚੋਂ ਵੀ 500 ਰੁਪਇਆ ਛੋਟ। ਸੰਧੂ ਸਾਹਿਬ ਆਮ ਵੀਡੀਓ ਪੈਂਡਿੰਗਾਂ ਵਾ, ਲੱਖ ਤੋਂ ਥੱਲੇ ਮੱਝ ਨਹੀਂ ਵੱਡੀ ਆਉਂਦੀ, ਜਿੱਡਾ ਦਾ ਕੱਦ ਵਜਨ ਲੱਗਾ ਬਿਲਕੁਲ ਜੀ ਬਿਲਕੁਲ, ਭਾ ਨਾ ਲਈ ਆ ਭਾ ਨਾ ਦੇ ਦੇਣੀ ਆ। ਬਾਕੀ ਹਰਜੀਤ ਇਹ ਵੀ ਗੱਲ ਜ਼ਰੂਰੀ ਆ, ਚੰਗੇ ਆਪਾਂ ਕਹਿ ਲਈਏ ਹੀਰੇ ਪਸ਼ੂ ਚਾਹੇ ਨਸਲ ਬਰੀਡ ਵਾਲੇ, ਉਹਨਾਂ ਦਾ ਮੁੱਲ ਵੀ ਨਹੀਂ ਕੀ ਪੀਂਦਾ। ਸੰਧੂ ਸਾਹਿਬ ਉਹ ਜਿਹੜੀ ਕੀਮਤ ਨਾਲ ਹੁਣ ਇਹੋ ਜਿਹੀ ਚੀਜ਼ਾਂ ਜਿਹੜੀ ਕੀਮਤ ਨਾਲ ਲੱਭਦੀਆਂ, ਬਿਲਕੁਲ ਇਹ ਕਿਸਮਤ ਨਾਲ ਲੱਭਦੀਆਂ, ਇਹ ਨਹੀਂ ਵੀ ਮੰਦਾ ਪੈ ਗਿਆ ਤੇ ਕਿਤੇ 50-70 ਦੀ ਮਿਲ ਜੂ। ਹਾਂਜੀ ਹਾਂਜੀ ਹਾਂਜੀ, ਚੰਗੇ ਦਾ ਮੁੱਲ ਚੰਗਾ ਹੀ ਰਹਿਣਾ, ਕੋਈ ਐਬ ਨਾ ਹੋਵੇ, ਜੇ ਸਾਫ਼ ਸੁਥਰਾ ਤਾਂ ਆਪਾਂ ਨੂੰ ਪਤਾ ਵੀ ਜੀ ਜੀ ਰਕਮ ਲਾ ਕੇ ਪਸ਼ੂ ਖਰੀਦਣਾ। ਜੀ ਜੀ ਲਓ ਦੋਸਤੋ, ਇਹ 82 ਤੇ 82 ਚੋਂ 500 ਰੁਪਇਆ ਛੋਟ। ਅੱਗੇ ਇੱਕ ਜਿਹੜਾ ਆਪਣੇ ਕੋਲ ਨਗ ਇਹ ਆ ਗਿਆ ਵੀਰ 4 ਨੰਬਰ ਤੇ, ਇਹ ਵੀ ਗੱਬਣੀ ਆ? ਹਾਂਜੀ ਗੱਬਣਾ ਜੀ। ਇਹ ਹਰਜੀਤ ਬਾਈ ਕਿੰਨਵਾਂ ਸੂਆ ਫਿਰ? ਦੂਜਾ ਸੂਆ ਸੰਧੂ ਸਾਹਿਬ ਨੇ ਸੁਣਾ, ਦੂਜਾ ਸੂਆ 7 ਲੈ ਜੇ, 8 ਲੈ ਜੇ। ਠੀਕ ਆ, ਲੱਗਣ ਨੂੰ ਪਹਿਲਾਂ ਲੱਗਦੀ ਆ ਪਰ ਜੋ ਹੈਗਾ ਉਹ ਦੱਸਾਂਗੇ। ਸੂਆ ਦੂਜਾ ਵਾ, ਮੂੰਹ ਆਪਾਂ ਵੇਖੀ ਨਹੀਂ ਆ, ਸਿੰਗੀ ਸੁੰਗੀ ਬਾਕੀ ਤੁਸੀਂ ਵੇਖ ਲਓ ਜਿੰਨੀ ਹੈਗੀ ਆ ਗੋਲ ਹੋ ਗਈ ਹੋਗੀ। ਹਾਂਜੀ, ਤੇ ਵੈਸੇ ਸੂਆ ਦੂਜਾ ਹੀ ਆ, ਸੂਆ ਦੂਜਾ ਪ੍ਰੋਪਰ। ਬਾਕੀ ਦੋਸਤੋ ਦੇਖ ਦੋ ਕਿ ਤੁਹਾਨੂੰ ਵਿਖਾਉਣੇ ਆ, ਵੇਖੋ ਫੇਸ ਕੁਆਲਿਟੀ। ਠੀਕ ਆ ਜੀ, ਜਿਵੇਂ ਇੱਕ ਜਫਰਾਬਾਦੀ ਦਾ ਪਸੰਦ, ਬਹੁਤ ਸੋਹਣੀ ਜਫਰਾਬਾਦੀ ਦਾ ਸਿੰਗ ਥੋੜੇ ਢਲ ਕੇ ਮੁੜੇ ਆ, ਬਹੁਤ ਵਧੀਆ ਵਾ। ਹਾਂ ਲਓ ਜੀ, ਠੀਕ ਆ ਜੀ।
ਤੇ ਸੈਕਿੰਡ ਟਾਈਮਰ ਆ ਵੈਸੇ ਅਰਜੀਤ ਦਿਨ ਇਹ ਵੀ ਲੈ ਜੂ ਅਰਮਾਨ ਨਾਲ ਵੀ ਹਫ਼ਤੇ ਤੋਂ ਬਾਅਦ ਹੀ ਲੈ ਜਾਣੇ ਸੰਧੂ ਸਾਹਿਬ ਨੇ 10 ਦਿਨ ਹੀ ਮੰਨ ਕੇ ਹਾਂਜੀ 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 10 ਕੁ ਦਿਨ ਥਾਣ ਬਹੁਤ ਸੋਹਣਾ ਲੱਗਾ ਵਾ ਬਿਰਲਾ ਬੁਰਲਾ ਬੜੀਆਂ ਲੱਗੀਆਂ ਵਾ ਇੱਧਰ ਦੀ ਸੰਧੀ ਸਾਹਿਬ ਮਾਰਿਓ ਕੈਮਰਾ ਇੱਧਰ ਬਿਰਲ ਬਹੁਤ ਸੋਹਣੀ ਲੱਗੀ ਸੀ ਆਹ ਵਿਖਾਈਏ ਇੱਧਰ ਹਾਂਜੀ ਹਾਂਜੀ ਆਹ ਲਓ ਐ ਮੁੱਠੀ ਥਾਣ ਲੱਗਾ ਵਾ ਗੋਲ ਥਾਣਾ ਆਹ ਕਰੋ ਚੈੱਕ ਜੀ ਠੀਕ ਆ ਤੋ ਸਪੇਸ ਵੰਡ ਵੇਖੋ ਦੋਸਤੋ ਆਪਸੀ ਥਣਾਂ ਦੀ ਠੀਕ ਆ ਜੀ ਬੈਣੀ ਵਾਲੀ ਸਾਈਡ ਤੋਂ ਦਿਖਾ ਰਿਹਾ ਤੁਹਾਨੂੰ ਮੋਸਟਲੀ ਆਪਾਂ ਬੈਠ ਕੇ ਚਵਾਈ ਕਰਦੇ ਹਾਂ ਇੱਧਰਲੇ ਪਾਸੇ ਠੀਕ ਆ ਵੰਡ ਵੁੰਡ ਬਹੁਤ ਸੋਹਣੀ ਆ ਤੇ ਮੁੱਠੀ ਮੁੱਠੀ ਥਾਣਾ ਝੋਟੀਆਂ ਪਹਿਲਾਂ ਵਾਲਾ ਥਾਣ ਵੈਸੇ ਲੱਗਾ ਥਾਣ ਪੂਰਾ ਹੱਥੀ ਚਵਾਈ ਵਾਲਾ ਤੇ ਚੱਡਾ ਵੇਖੋ ਦੋਸਤੋ ਤੁਸੀਂ ਕਰਮਾਲੀ ਬਹੁਤ ਸੋਹਣਾ ਲੇਵਾ ਬਣਾ ਕੇ ਤਿਆਰ ਕਰੋ ਠੀਕ ਆ ਜੀ ਸੰਧੂ ਸਾਹਿਬ ਜਿੰਨੀ ਤਿਆਰ ਹੁੰਦੀਆਂ ਥੱਲਿਓਂ ਗੋਲ ਹੋਈ ਜਾਂਦੀ ਆ ਹਾਂ ਇਹਨਾਂ ਦਾ ਮਤਲਬ ਭਾਂਡਾ ਸੋਹਣਾ ਤਿਆਰ ਕਰਨ ਰਹੀ ਆ ਬਾਕੀ ਮਧਰੀ ਡੋਲੀ ਦੀ ਆ ਹਾਂਜੀ ਤੇ ਚੰਗੀ ਆ ਝੋਟੀ ਸਾਰੀ ਚੰਗੀ ਝੋਟੀ ਆ ਓਵਰਆਲ ਬਹੁਤ ਸੋਹਣੀ ਆ ਹਾਈਟ ਜਿਹੜੀ ਦੋਸਤੋ ਮੀਡੀਅਮ ਆ ਕਿਉਂਕਿ ਮਧਰੀ ਡੋਲੀ ਦੇ ਵਿੱਚ ਜ਼ਿਕਰ ਵੀਰ ਨੇ ਜ਼ਿਕਰ ਕੀਤਾ ਤੇ ਹਾਈਟ ਮੀਡੀਅਮ ਆ ਬਾਕੀ ਲਿਸ਼ਕ ਲੁਸ਼ਕ ਬੜੀਆ ਵੇਖੋ ਤੁਸੀਂ ਠੀਕ ਆ ਹਾਂਜੀ ਸ਼ਾਹੀ ਸ਼ੂਈ ਬਹੁਤ ਜ਼ਿਆਦੀ ਆ ਠੀਕ ਆ ਜੀ ਜਾ ਵੀਰ ਇਹ ਵੀ ਤੋਰਦੀ ਆ ਇੱਕ ਵਾਰੀ ਦਿਖਾਈਏ ਵੀਰਾਂ ਨੂੰ ਠੀਕ ਆ ਜੀ ਬਾਕੀ ਨੋਰਮਲ ਦੋਸਤੋ ਕੋਈ 10 ਕੁ ਦਿਨ ਲੈ ਜੂਗੀ ਜੇ ਖੁੱਲੇ ਡੁੱਲੇ ਠੀਕ ਆ ਬੰਨਾ ਆਇਆ ਜੇ ਥੱਲਿਓ ਬਾਕੀ ਤੁਹਾਨੂੰ ਵਿਖਾ ਦਿੰਦੇ ਹਾਂ ਤੋਰ ਕੇ ਤੁਹਾਨੂੰ ਵਿਖਾ ਦਿੰਦੇ ਬਟਨਾਂ ਵਾਲਾ ਲੇਵਾ ਬਾਕੀ ਜੰਮੀ ਪਲੀ ਬੜੀ ਆ ਲਓ ਜੀ ਠੀਕ ਆ ਤੋ ਉਮਰ ਵੱਲੋਂ ਵੀ ਬਿਲਕੁਲ ਲਵੀ ਆ ਜੇ ਚਲੋ ਕਿਸੇ ਰਕਮ ਦੀ ਉਹ ਨਹੀਂ ਹੈਗੀ ਪੱਕੀ ਉਮਰ ਦੇ ਵਿੱਚ ਦੂਜਾ ਸੂਬਾ ਲਵੀ ਉਮਰ ਹੀ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਹਰਜੀਤ ਵੀਰੇ ਇਹ ਕੀ ਕਰਾਂਗੇ ਇਹਦੀ ਡਿਮਾਂਡ ਲੈਣ ਦਾ ਸੰਧੂ ਸਾਹਿਬ ਜਿੱਦਾਂ ਦੀ ਝੋਟੀ ਆ ਮੁੱਲ ਭਾਵੇਂ 90 ਕਰ ਲਈਏ 85 80 75 72 ਦੀ ਹਾਨਾ ਦੇ ਦਾਂਗੇ ਵੀ ਇੱਕ ਵਾਰੀ ਤਾਂ ਮੈਨੂੰ ਲੱਗਦਾ ਵੀ ਸਾਹ ਔਖੇ ਕਰਤੇ ਸਾਰਿਆਂ ਦੇ 200 ਰੁਪਏ ਠੀਕ ਹੈ ਸੰਧੂ ਸਾਹਿਬ ਇਹ ਬਹੁਤ ਵਧੀਆ ਵਾ ਗੱਲ ਇਦਾਂ ਵੀ ਜਿੰਨੀ ਕਿ ਹੈਗੀ ਨਾ ਇਹ ਕਰਮਾਂ ਵਾਲੀ ਬਹੁਤ ਸੋਹਣੀ ਤਿਆਰ ਹੁੰਦੀ ਆ ਠੀਕ ਆ ਤੇ ਮੋਲੇ ਦੇ ਹਿਸਾਬ ਨਾਲ 90 ਵੀ ਚੱਲਦਾ ਵਾ ਪਰ 10 ਦਿਨ ਖੜਦੀ ਆ ਸਾਂਭਣੀ ਆ ਸੂਤਣੀ ਆ ਠੀਕ ਹੈ ਜੀ ਇਹਦਾ ਮੁੱਲ 72,000 ਰੁਪਇਆ ਜੋ ਝੋਟੀ ਮਿਲ ਜੂਗੀ ਠੀਕ ਆ ਜੀ ਸੈਕਿੰਡ ਟਾਈਮਰ ਦੂਜਾ ਸੂਬਾ ਸੋਨ ਵਾਲੀ ਆ ਬਾਕੀ ਝੋਟੀ ਤੁਸੀਂ ਪ੍ਰੋਪਰ ਦੇਖ ਲਈ ਆ ਠੀਕ ਆ ਜੀ ਮੂੰਹ ਮੱਤਾ ਪੂਰੇ ਅੰਗ ਪੈਰ ਵੇਖ ਲਿਆ ਥਣ ਦੇ ਬਾਅਦ ਤੁਹਾਨੂੰ ਤਸੱਲੀ ਨਾਲ ਦਿਖਾਤਾ 72,000 ਦੀ ਮਿਲ ਜੂਗੀ ਕੋਈ 10 ਕੁ ਦਿਨ ਸਾਂਭਣ ਦੀ ਲੋੜ ਆ ਦੋਸਤੋ ਝੋਟੀ ਚੰਗੀ ਆ ਇੰਨੇ ਰੇਟ ਦੇ ਵਿੱਚ ਠੀਕ ਆ ਇੱਧਰ ਆਪਣੇ ਕੋਲ ਰਜੀਤ ਅੱਗੇ ਆਪਣੇ ਕੋਲ ਜਿਹੜਾ ਆਹ ਨਾਗ ਆ ਗਿਆ ਹਾਂਜੀ ਇਹ ਬਿਨ ਬੱਚੇ ਤੋਂ ਦੱਸ ਰਹੇ ਸੀਗੇ ਇਹ ਸੰਧੂ ਸਾਹਿਬ ਬਿਨ ਬੱਚੇ ਤੋਂ ਆ ਇਹਨੂੰ ਕੋਈ 1.5 ਮਹੀਨਾ ਮੰਨ ਲੇ ਕੋਈ 2 ਮਹੀਨਾ ਮਿਲ ਲੇ ਅੱਛਾ ਜੀ ਸੂਈ ਨੂੰ ਠੀਕ ਹੈ ਜੀ ਇਹ ਮੈਂਸ਼ਨ ਜ਼ਰੂਰੀ ਕਰਦੀ ਹੈ ਕਿਉਂਕਿ ਅੱਗੇ ਆਪਣੇ ਨਾਲ ਕੰਮ ਹੋਇਆ ਵਾ ਪਿੱਛੇ ਸੰਧੂ ਸਾਹਿਬ ਤੁਹਾਡੇ ਗਾਂ ਵਧੀ ਆ ਬੱਚਾ ਲਾ ਕੇ ਕਿਸੇ ਨੇ ਇਦਾਂ ਤੋਰੀ ਗਿਆ ਤੇ ਉਹ ਕੰਮ ਬੜਾ ਔਖਾ ਹੋਇਆ ਵਾ ਵਿਚਾਰੀ ਫਲ ਸੁੱਟ ਗਈ ਆ ਠੀਕ ਆ ਇਹ ਮੈਂਸ਼ਨ ਤਾਂ ਕਰਦੀ ਹੈ ਵੀ ਕੋਈ ਇਦਾਂ ਹੀ ਨੂੰ ਅਗਰ ਬੱਚਾ ਲਾ ਰਹੇ ਕੋਈ ਵੀਰ ਭਰਾ ਉਹ ਕੰਮ ਨਹੀਂ ਆ ਇਹ 1.5 ਲਾ ਲਓ 2 ਦੀ ਲਾ ਲਓ ਇਹਨੂੰ 5 ਦਿਨ ਟੀਕਾ ਭਰੇ ਹੋ ਗਏ ਜੋ ਠੀਕ ਆ ਬੱਚਾ ਬੁੱਚਾ ਮੇਰਾ ਵੀਰ ਜਿਹਨੇ ਲਾਉਣਾ ਕੋਈ ਧਿਆਨ ਨਾਲ ਲਾਵੇਗਾ ਕਿਉਂ ਕਈ ਵੀਰ ਕੰਮ ਜ਼ਿਆਦਾ ਕੁੱਤਾ ਕਰਦੇ ਆ ਤੇ ਮੇਰਾ ਵੀਰ ਪਹਿਲੀ ਗੱਲ ਤੇ ਇਹੋ ਜਿਹਾ ਗਰੇਜ ਕਰਿਆ ਕਰੋ ਯਾਰ ਜੇ ਡੰਗਰ ਉਦਾਂ ਵੇਚਦਾ ਨਾ
ਤੇ ਵੇਚਿਆ ਕਰੋ। ਹੁਣ ਫਲ ਸੁੱਟ ਗਈ ਵਿਚਾਰੀ, ਉਹ ਕਿਹੜੇ ਕੰਮ ਆ, ਕਿਉਂਕਿ ਅਗਲੇ ਫੀਡ ਪਾ ਪਾ ਦੁੱਧ ਵਧਾਈ ਗਏ ਆ, ਠੀਕ ਆ। ਤੇ ਗਾਂ ਨੇ ਡੰਡ ਲਾ ਕੇ ਸੁੱਟਤੀ ਆ, ਜਰਸੀ ਗਾਂ ਲਈ ਆਪਾਂ, ਗੱਬੜ ਸੀ ਕਿਸੇ ਨੇ ਲਾ ਕੇ, ਇਹ ਵੀਰ ਆਪਾਂ ਜਰਸੀ ਗਾਂ ਲਈ ਤੇ ਇਹਦੇ ਮਗਰ ਕਿਸੇ ਨੇ ਮਹੀਨੇ ਦਾ ਬੱਚਾ ਲਾਤਾ, ਆਪਾਂ ਵੀ ਰਾਸਿਆਂ ਗਾਂ ਵੇਚਤੀ, ਠੀਕ ਆ। ਉਹ ਆਖਣ ਦੁੱਧ ਨੀ ਵੱਧਦਾ ਵਿਚਾਰੇ, ਦੁੱਧ ਵਧਣਾ ਕੀ, ਸੱਤਵੇਂ ਮਹੀਨੇ ਚ ਗਾਂ ਆਈ ਸੀ, ਠੀਕ ਹੈ ਜੀ। ਉਹਨਾਂ ਨੇ ਚੈੱਕ ਕਰਾਈ, ਗਾਂ ਗੱਬੜ ਨਿਕਲਾਈ, ਉਹਦੇ ਵਿੱਚ ਜੀ ਇਹ ਤੇਰੇ ਤੇ ਕੇਸ ਬਣਦਾ, ਤੂੰ 400 ਵੀ ਕੀਤੀ, ਮੈਂ ਵੀ ਤੁਹਾਡੀ ਸਿਰ ਮੱਥੇ, ਮੈਂ ਆਪਣੇ ਘਰੇ ਗਾਂ ਲੈਂਦੀ। ਮੁੜ ਕੇ ਮੈਂ ਪਿੱਛੇ ਇਹਨਾਂ ਨੂੰ ਵਲੀ ਪਾਈ ਤੇ ਚਲੋ ਮੁੜ ਕੇ ਹੱਥ ਜੋੜ ਗਏ ਵੀ, ਪਰ ਹੁਣ ਉਹਦਾ ਵਿਚਾਰੀ ਦਾ ਕੀ, ਸੂਰਜ ਨੂੰ ਵੰਡ ਪਾ ਪਾ ਫਸਰ ਵਾਲਿਆ ਆਪਾਂ, ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ। ਇਹ ਕਰਕੇ ਇਹਨੂੰ 5 ਦਿਨ ਟੀਕਾ ਭਰੇ ਨੂੰ ਹੋ ਗਏ ਜੋ, ਬਿਲਕੁਲ ਜੀ। ਦੁੱਧ ਸੰਧੂ ਸਾਹਿਬ ਇੱਥੇ ਹੋਊਗਾ 10 ਤੋਂ ਪਲੱਸ, 10 ਤੋਂ ਪਲੱਸ, 10 ਲੀਟਰ ਕੋਈ ਨਾਰਮਲ ਮੰਨ ਲੇ, ਠੀਕ ਹੈ ਜੀ। 10 ਤੇ 11 ਦੇ ਵਿੱਚ ਦੁੱਧ ਆ ਇਸ ਵਕਤ, ਹਾਂਜੀ ਠੀਕ ਹੈ। ਮਗਰ ਲੈ ਇੱਕ ਥਣ ਰੱਖਦੀ ਜੋ ਭਾਰਾ, ਇਧਰਲਾ ਮੋਟਾ ਥਣ ਭਾਰਾ, ਹਾਂਜੀ ਤਾਂ ਭਾਰਾ ਰੱਖਦੀ ਆ, ਦੁੱਧ ਬਰਾਬਰ ਹੋਊਗਾ, ਠੀਕ ਹੈ। ਤੇ ਮਿਲਦੀ ਭੜ ਤੇ ਅਰਜੀਤ, ਮੈਂ ਨਾ ਸੰਧੂ ਸਾਹਿਬ ਭਾੜਾ ਵੀ ਨਹੀਂ ਪਾਉਣ ਦੀ ਲੋੜ, ਇਹਨੂੰ ਹੁਣ ਟਾਈਮ ਹੋ ਗਿਆ ਨੇ ਆਪ ਆਵਾਜ਼ਾਂ ਮਾਰਨੀਆਂ, ਗਾੜੀ ਧਾਰ ਮਾਰੀ ਦੀ ਆ, ਗਾੜੀ ਅੱਧਾ ਕਿਲੋ ਫੀਡ ਸੁੱਟੀ ਦੀ ਆ ਤੇ ਕਰਮ ਵਾਲੀ ਮਿਲਦੀ ਨਹੀਂ, ਠੀਕ ਹੈ। ਲਿਆਓ ਖੋਲ ਕੇ ਵੀਰ, ਤਾਂ ਦੋਸਤੋ ਚਾਹੇ ਕੋਈ ਵੀਰ ਧਾਰ ਤੇ ਕਹਿ ਲਓ, ਚਾਹੇ ਥਾਪੀ ਤੇ ਕਹਿ ਲਓ, ਤੇ ਮਿੱਠੀ ਆ ਇਹੋ ਜਿਹਾ ਪਸ਼ੂ ਦੋਸਤੋ, ਚਾਹੇ ਧਾਰ ਦੇ ਭਾਵੇਂ ਥਾਪੀ ਤੇ ਮਿਲ ਜਾਂਦਾ, ਠੀਕ ਆ। ਕੋਈ ਭਾੜਾ ਵੰਡਾ ਪਾਉਣਾ ਉਹ ਵੀ ਤੁਸੀਂ ਅੱਗੇ ਪਾ ਕੇ ਜਿਹੜਾ ਪਰਫਾਰਮ ਕਰ ਸਕਦੇ ਜੀ, ਮਿਲਦੀ ਇਸੇ ਤਰ੍ਹਾਂ ਹੀ ਆ, 10 ਕਿਲੋ ਦੁੱਧ ਤੇ ਕੋਈ ਦੋ ਦੀ ਮੰਨ ਲਏ, ਕੋਈ 1.5 ਮਹੀਨੇ ਦੀ ਮੰਨ ਲਏ, ਇੱਥੇ ਕਿ ਦੱਸ ਰਿਹਾ ਜੀ 1.5-2 ਦੀ, ਸੰਧੂ ਸਾਹਿਬ ਦੋ ਤੋਂ ਥੱਲੇ ਥੱਲੇ ਆ, ਕੋਈ ਆਪਣੀ ਸਮਝ ਲਾ ਲੇ, ਬਾਕੀ ਚਲੋ ਜਿੰਨਾ ਬੱਚੇ ਦੀ ਵੀਡੀਓ ਸੰਧੂ ਸਾਹਿਬ ਆਪਾਂ ਬਣਾਈ ਉਦਾਂ, ਬੱਚੇ ਮਰੇ ਦੀ ਵੀਡੀਓ ਆਪਾਂ ਬਣਾਈ ਆ, ਠੀਕ ਆ ਜੀ। ਤੇ ਜਿੰਨਾ ਕਿ ਦੁੱਧ ਦੱਸ ਰਿਹਾ ਜੀ, ਵੈਸੇ ਕੋਈ ਚਲੋ ਜ਼ਿਆਦਾ ਸਮਾਂ ਨਹੀਂ ਹੋਇਆ ਹੋਊਗਾ, ਹਾਂਜੀ ਹਾਂਜੀ। ਲਓ ਦੋਸਤੋ ਠੀਕ ਆ, ਤੇ ਸੂਆ ਦੋਸਤੋ ਕੀ ਵੀਰ ਆਪਦੀ ਸਮਝ ਨਾਲ, ਅਰਜੀਤ ਬਾਕੀ ਧਾਰਾਂ ਧੁਰਾਂ ਦੀ ਕੋਈ ਵਾਧ ਘੱਟ ਕਿਸੇ ਰਕਮ ਦਾ ਕੁਛ, ਸੰਧੂ ਸਾਹਿਬ ਐ ਬਰਾਬਰ ਆ, ਠੀਕ ਆ ਜੀ, ਹਾਂਜੀ। ਦੂਰੋਂ ਨੇੜੇ ਆਪਣੇ ਕੋਈ ਸੱਜਣ ਆ ਜਾਏ ਇੱਥੇ, ਮੈਂ ਕਿਹਾ ਵੀਰ ਹੈ ਵੀ ਪੋਲੀ ਆ, ਹੈ ਵੀ ਬਰਾਬਰ ਆ, ਜੋ ਹੈਗਾ ਆਪਾਂ ਤੁਹਾਨੂੰ ਐ ਬਿਲਕੁਲ ਕਲੀਅਰ ਦੱਸਤਾ, ਬੱਚੇ ਦੀ ਵੀਡੀਓ ਆਪਣੇ ਕੋਲ ਹੈਗੀ ਆ, ਠੀਕ ਹੈ ਜੀ। ਮੁੱਲ ਸੰਧੂ ਸਾਹਿਬ ਜੇ ਦੇ ਬੱਚਾ ਦਾ ਭਾਵੇਂ 70 ਕਰ ਲੈਂਦੇ, ਠੀਕ ਹੈ ਜੀ, ਐਵਰੇਜ 58,000 ਦੀ ਦੇ ਦਾਂਗੇ, 58,000 ਦੀ, ਹਾਂਜੀ ਠੀਕ ਹੈ ਜੀ। ਤਾਂ ਦੋਸਤੋ 10 ਕਿਲੋ ਦੁੱਧ ਤੇ 58,000 ਦੀ ਅੱਜ ਮਿਲ ਜੂਗੀ ਤੁਹਾਨੂੰ, ਠੀਕ ਹੈ ਜੀ। ਬਾਕੀ ਨਾੜੀਆਂ ਨੂੜੀਆਂ ਵੇਖੋ ਕਰਮਾਲੀ ਦੀਆਂ, ਕੱਲੇ ਲੇਵੇ ਭਾਨੇ ਤੇ ਨਹੀਂ, ਸਾਰੇ ਪਿੰਡੇ ਦੇ ਵੇਖੋ, ਸਾਰਾ ਪਿੰਡ ਸੰਧੂ ਸਾਹਿਬ ਨਾੜਾਂ ਨਾਲ ਭਰਿਆ ਪਿਆ, ਹਾਂ ਵੇਖੋ ਜੀ, ਇਹਨੂੰ ਆਉਂਦੇ ਵੀ ਫੁਲਕਾਰੀ ਤੇ ਕੀਤੀ ਹੈ ਕਢਾਈ, ਹਾਂਜੀ ਇਹ ਕਢਾਈ ਹੋਈ ਸਾਰੀ ਜਿਹੜੀ, ਠੀਕ ਹੈ ਜੀ। ਅੱਛਾ ਜੀ, ਜਿਹੜਾ ਥਣ ਭਾਰਾ ਹੈ ਪਸਮਣ ਤੋਂ ਬਾਅਦ ਆਇਆ, ਪੂਰੀ ਚਵਾਈ ਚਵਾਈ ਇੱਕ ਨੰਬਰ, ਮੈਂ ਨਾ ਵਧੀਆ ਆਪਣਾ ਚਵਾਈ ਆ, ਥੋੜਾ ਜਿਹਾ ਮੋਟਾ ਹੁੰਦਾ ਵਾ, ਚਵਾਈ ਬਿਲਕੁਲ ਓਕੇ ਹੈ, ਪੋਲੀ ਆ, ਹੈ ਪੋਲੀ ਆ, ਧਾਰ ਨਾਲ ਧਾਰ ਬਰਾਬਰ ਆਊਗੀ, ਬਾਕੀ ਉਹ ਵੀ ਪੋਲਾ ਹੀ ਆਊਗਾ, ਇਹਨੇ ਵੀ ਮੋਟਾ ਆਊਗਾ ਜਾਂ ਬਰੀਕ ਆਊਗੀ ਧਾਰ, ਕੁਝ ਨਹੀਂ ਆਊਗਾ, ਧਾਰ ਉਰਲੀ ਜਿੰਨੀ ਮੋਟੀ ਆਊਗੀ, ਠੀਕ ਹੈ ਜੀ, ਹਾਂਜੀ ਠੀਕ ਹੈ। ਲਵੀ ਹਰਜੀਤ ਅੱਗੇ ਆਪਣੇ ਕੋਲ ਜਿਹੜੀ ਲਾਸਟ ਵਿੱਚ ਇਧਰ ਆ ਵਹਿੜ ਆ ਗਈ ਕ੍ਰੋਸ ਦੇ ਵਿੱਚ, ਇਹ ਵੀ ਸੂਈ ਹੈ, ਇਹ ਜਰਸੀ ਕ੍ਰੋਸ ਦੇ ਵਿੱਚ ਸੰਧੂ ਸਾਹਿਬ ਸੂਈ ਆ, ਇਹਨੂੰ ਸੂਈ ਨਾਲ ਜੋ ਗਿਆ 6ਵਾਂ ਦਿਨ, ਅੱਛਾ ਠੀਕ ਹੈ ਜੀ। ਬੱਚਾ ਦਾ ਮਰ ਗਿਆ ਸੀ 3 ਨਾਣਾ ਬਾਅਦ ਹੀ, ਉਹ ਅੱਧਾ ਕ ਸਿਰ ਚੁੱਕਦਾ ਅੱਧਾ ਸੁੱਟਦਾ ਸੀ, ਅੱਛਾ ਜੀ, ਗ੍ਰਹਿਣਿਆਂ ਲਾ ਲਓ ਜਾਂ ਉਹਨੂੰ ਕੀ ਚੱਕਰ ਚੱਲਿਆ ਲਾ ਲਓ, ਉਹਦਾ ਨਹੀਂ ਆਪਾਂ ਪਤਾ ਕੀ ਸਾਹਿਬ ਨੂੰ ਪਤਾ ਹੀ ਸੀ ਇਸੇ ਤਰ੍ਹਾਂ। ਮੈਂ ਨਾ ਸੰਧੂ ਸਾਹਿਬ, ਮੇਰੇ ਤੋਂ ਵੀਡੀਓ ਬਣੀ ਆ, ਉਹ ਵੇਖਿਓ ਐ ਸੁੱਟ ਜਾਂਦਾ ਐ ਸੁੱਟ ਜਾਂਦਾ, 2 ਦਿਨ ਸਿਰ ਚੁੱਕਿਆ ਮਾੜਾ ਜਿਹਾ ਉਹਨੇ, ਇਹ ਕਰਮ ਵਾਲੀ ਇਦਾਂ ਹੀ ਆ ਥੱਲੇ ਬਹਿ ਜਾ ਪਾੜਾ ਪਾ ਕੇ, ਠੀਕ ਆ। ਅੱਛਾ ਜੀ, ਤਾਂ ਬੌਲੇ ਤੋਂ ਬਾਹਰ ਕੱਚਾ ਬੌਲਾ ਵੀ ਮੰਨ ਲਓ ਜਾਂ ਦੁੱਧ ਮੰਨ ਲਓ, ਦੁੱਧ ਮੰਨ ਲਓ, ਹਾਂ ਸੰਧੂ ਸਾਹਿਬ 9-10 9-10 9-10 ਕੋਈ ਕੱਚਾ ਬੌਲਾ ਮੰਨ ਲਿਆ ਕਿ ਦੁੱਧ ਮੰਨ ਲੇ, ਮੇਲੇ ਤੇ ਚੱਲਣਾ, ਮੇਲੇ ਤੇ ਚੱਲ ਕੇ 13 ਦੇ 14 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 ਦ
ਦੂਜਾ ਕੋਈ ਭਰਾ ਮੰਨ ਲਈ ਥਾਣ ਥੁਣ ਬਹੁਤ ਸੋਹਣਾ ਦਿਨਾਂ ਦਾ ਸਮਾਂ ਹੋਇਆ ਬਾਕੀ ਥਾਣਾ ਤੀਜਵਾਈ ਵਾਲਾ ਪਤਲੇ ਪੂਣੀਆਂ ਵਰਗੇ ਥਾਣਾ ਠੀਕ ਆ ਜੀ ਤੇ 9-10 9-10 ਇੱਥੇ ਕਿ ਜਿਹੜੀ ਹੁਣ ਚੱਲਣ ਦੀ ਹੈ ਠੀਕ ਆ ਆ ਦੇਖੋ
ਲਓ ਜੀ ਇਸੇ ਤਰ੍ਹਾਂ ਹੁਣ ਏਦਾਂ ਨੇ ਭਸਮ ਪੈਣਾ ਵਾ ਤੇ ਬਾ ਬਾਲਟੀ ਚਾਰੀ ਯਾਰ ਕੰਮ ਕੰਮ ਹੀ ਆਉਣਾ ਨੇ। ਠੀਕ ਆ ਲਓ ਦੋਸਤੋ ਇਹ ਜਿਹੜੀਆਂ ਸੀਲੀਆਂ ਹੈਗੀਆਂ ਨੇ ਠੀਕ ਹੈ ਫਿਲਹਾਲ ਤੁਹਾਨੂੰ ਦਿਖਾ ਦਿੱਤਾ ਵੰਗਾ ਪਾਉਣਾ ਨਾ ਪਾਉਣਾ ਇਹ ਆਪਣੀ ਇੱਛਾ ਜੋ ਕਈ ਬੀਬੀਆਂ ਕਹਿ ਦਿੰਦੀਆਂ ਕਿ ਵੰਗੇ ਬਿਨਾਂ ਡੰਗਰ ਨਹੀਂ ਲੈਂਦੇ ਮੈਂ ਵੰਗਾ ਪਾ ਕੇ ਵੀ ਚੋ ਕੇ ਵੇਖੀ ਹਾਂਜੀ ਵੰਗਾ ਪਾ ਕੇ ਵੀ ਚੋ ਕੇ ਵੇਖੀ ਆ ਤਾਂ ਵੀ ਗੁਲਕ ਨਹੀਂ ਕਰਦੀ ਬਿਨਾਂ ਵੰਗੇ ਤੋਂ ਵੀ ਚੋ ਕੇ ਵੇਖੀ ਆ ਤਾਂ ਵੀ ਕੋਈ ਚੱਕਰ ਨਹੀਂ ਹੈ ਜੀ। ਸਹੀ ਹੈ ਜੀ ਹਾਂਜੀ ਨਹੀਂ ਤਾਂ ਕੋਈ ਬੱਚਾ ਮਰਨ ਤੋਂ ਬਾਅਦ ਜ਼ਿਆਦਾ ਬੱਚੇ ਦੇ ਰੋਹ ਰੁਪਾ ਕਾ ਜਾਂਦਾ ਹਾਂਜੀ ਨਹੀਂ ਇਹਨੇ ਸੰਧੂ ਸਾਹਿਬ ਕੀਤਾ ਹੀ ਨਹੀਂ ਉਹ ਵਿਚਾਰਾ ਥੱਲੇ ਪਈ ਨਹੀਂ ਬੱਚੀ ਸੀ ਥੱਲੇ ਪਈ ਨਹੀਂ ਵਿਚਾਰੀ ਜਮਦੇ ਸਾਰੀ ਉਹ ਚਲੋ ਜਮਾਂਦਰੂ ਹੋ ਗਏ ਹਾਂਜੀ ਹਾਂਜੀ ਜਾਓ ਵੀਰ ਖੋਲ ਕੇ ਦਿਖਾ ਦਈਏ 9-10 ਕਿਲੋ ਦੋਸਤੋ ਇਹ ਤਾਂ ਥੱਲੇ ਦੁੱਧ ਦੂਜਾ ਸੂਆ ਉਹ 6-7 ਦਿਨਾਂ ਦਾ ਤੁਹਾਨੂੰ ਸਮਾਂ ਦੱਸ ਦਿੱਤਾ 10 ਕਿਲੋ ਦੁੱਧ ਤੇ ਬਾਕੀ ਥੰਨੇ ਵਾ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਲੰਬਾ ਦਿਖਾ ਦਿੰਦੇ ਹਾਂ ਠੀਕ ਆ ਜੀ ਸੋ ਕ੍ਰੋਸ ਅੰਕ ਦੇ ਵਿੱਚ ਜਰਸੀ ਕ੍ਰੋਸ ਅੰਕ ਦੇ ਵਿੱਚ ਮੁੱਠੀ ਮੁੱਠੀ ਥਾਣਾ ਦੋਸਤੋ ਠੀਕ ਆ ਥਾਣ ਚੰਗਾ ਬਾਕੀ ਸੀਲ ਸਾਹਿਬ ਪੂਰੀ ਆ ਅੱਗੇ ਕਿਸੇ ਭੈਣ ਨੇ ਚਾਹੇ ਕਿਸੇ ਭਰਾ ਵੀਰ ਕੋਈ ਸੱਜਣ ਨੇ ਉਹ ਰੱਸੀ ਵੰਗਾ ਪਾਉਣਾ ਦੋਸਤੋ ਬਹਿੜਾਂ ਦੇ ਵਿੱਚ ਅਕਸਰ ਆਪਾਂ ਪਾ ਲੈਂਦੇ ਹਾਂ ਪਰ ਬਿਨਾਂ ਰੱਸੀ ਵੰਗੇ ਤੋਂ ਤੁਸੀਂ ਉਹਦੇ ਪਸ਼ੂ ਚੋ ਸਕਦੇ ਜੀ ਸੰਧੂ ਸਾਹਿਬ ਸੀਲ ਤੇ ਇੰਨੀ ਕਹਿਣਾ ਏ ਜਿੱਥੇ ਆਪਾਂ ਇੱਕ ਨੰਬਰ ਵਾਲੀ ਮੱਝ ਬੱਧੀ ਉੱਥੋਂ ਖੋਲ ਕੇ ਲਿਆ ਕੇ ਬੱਧੀ ਆ ਪਰਲਾ ਬੰਨਾ ਘੱਟ ਵਿਖਾਉਣ ਦੀ ਕੱਟਾ ਚੋਂਗਿਆ ਇਹਨੂੰ ਅੱਛਾ ਕੱਟੀ ਬੂ ਮਾਰ ਗਈ ਇਹਦੇ ਇੰਨੀ ਕੁ ਜ਼ਿਆਦਾ ਸੀਲੀ ਏ ਚਲੋ ਮੱਝਾਂ ਦੀ ਗੱਲ ਹੋਰ ਆ ਹਾਂਜੀ ਬੈੜਾ ਇਹੋ ਜਿਹੀਆਂ ਸੀਲ ਹੁੰਦੀਆਂ ਚਲੋ ਕੱਟੀਆਂ ਕੁੱਟੀਆਂ ਵੀ ਪੈ ਪੂ ਜਾਂਦੀਆਂ ਹਾਂਜੀ 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 ਤੇ ਸੱਚੇ ਬੰਨੇ ਵੀ ਕਈ ਨਾ ਹੋਰ ਦਾ ਫਲ ਹੋਰ ਨੂੰ ਚੁੱਕੀ ਜਾਂਦੇ ਹਾਂਜੀ 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 ਚਲੋ ਬਹੁਤ ਵਧੀਆ ਵਾਧੇ ਦਾ ਕੰਮ ਹੀ ਘਾਟੇ ਦਾ ਨੀਗਾ ਹਾਂਜੀ ਤੇ ਹਰਜੀਤ ਦਵਾਂਗੇ ਕਿੰਨੇ ਦੀ ਵੀਰ ਸੰਧੂ ਸਾਹਿਬ ਇਹ ਲਈ ਵੀ ਚਲੋ ਉੱਚੀ ਹੀ ਬੱਚਾ ਮਰ ਗਿਆ ਵਾ 100 ਵਾਧੇ ਘਾਟੇ ਹੋ ਜਾਂਦੇ ਆ ਸੰਧੂ ਸਾਹਿਬ ਇਹ ਵੇਲੇ 32,000 ਦੀ ਗਾਂਦੇ ਰਹਿੰਦੇ ਤੇ 25,000 ਦੀ 32,000 ਦੀ ਸੰਧੂ ਸਾਹਿਬ 32,000 ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ 32,000 ਦੀ ਕਸਰ ਕੁਸਰ ਹੈਗੀ ਕੋਈ ਕੱਢ ਦਈਏ 28,000 ਦੀ ਹਾਂ ਨਾ ਹੀ ਆ ਜੀ ਇਹ ਠੀਕ ਆ ਜੀ ਹਾਂ ਮੇਰਾ ਵੀਰ ਕੋਈ ਹੁਣ ਇਹ ਨਾ ਆਖੇ ਵੀ ਇਹ 200 ਰੁਪਿਆ ਛੋੜਣੀ ਜੋ ਠੀਕ ਆ ਜੀ ਖੁਸ਼ੀ ਨਾਲ ਭਾਵੇਂ 500 ਕਰ ਦਈਏ ਪਰ ਇਹ ਤੋਂ ਥੱਲੇ ਨਾ ਕੋਈ ਫੋਨ ਲਾਵੇ ਠੀਕ ਹੈ ਜੀ ਹਾਂਜੀ 28 ਚੋਂ ਹਾਂਜੀ ਲਓ ਵੀ 28,000 ਦੇ ਵਿੱਚੋਂ ਦੋਸਤੋ ਖੁਸ਼ੀ ਨਾਲ ਵੀਰ ਦਾ ਵੀ 400 500 200 ਕੁਝ ਵੀ ਛੋੜ ਕਰ ਦਾਂਗੇ ਇਹ ਬੈੜ ਆ ਠੀਕ ਆ ਜੀ 10 ਕਿਲੋ ਮੇਰਾ ਵੀਰ ਕਿਸੇ ਨੇ ਚੋਣਾ ਮੱਝਾਂ ਵਰਗਾ ਦੁੱਧ ਜੋ 10 ਲੀਟਰ ਦੁੱਧ ਆ ਮੱਝਾਂ ਵਰਗਾ ਦੁੱਧ ਆ ਕਿਸੇ ਨੇ ਚਵਾਈ ਕਰਨੀ ਆ ਆਨਲਾਈਨ ਆਫਲਾਈਨ ਵੀਰ ਭਰਾ ਕਿਸੇ ਵੀ ਡੰਗਰ ਦੀ ਚਵਾਈ ਕੋਈ ਆਨਲਾਈਨ ਕਰਦਾ ਤੇ ਕੋਈ ਆਪਾਂ ਨੂੰ ਵੀਰ ਪਰੇਸ਼ਾਨੀ ਨਹੀਂ ਆ ਸਾਈ ਸਾਈ ਆਪਣੀ ਪਾ ਕੇ ਜਿਵੇਂ ਮਰਜ਼ੀ ਤਸੱਲੀ ਕਰ ਸਕਦਾ ਆ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਦੋਸਤੋ ਫਿਲਹਾਲ ਅੱਜ ਦੋਸਤੋ ਵੀਰ ਹਰਜੀਤ ਦੇ ਇਸ ਕਿੱਲੇ ਦੇ ਉੱਪਰੋਂ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਟੋਟਲ ਇਹ 6 ਨਾਗ ਸੀਗੇ ਜਿਨ੍ਹਾਂ ਦੇ ਵਿੱਚੋਂ 5 ਨਾਗ ਆਪਾਂ ਤੁਹਾਨੂੰ ਇਹ ਮੱਝਾਂ ਦਿਖਾਤੀਆਂ 2 ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਠੀਕ ਆ ਜੀ 2 ਗੱਭਣ ਇੱਕ ਬਿਨ ਬੱਚੇ ਤੋਂ ਤੁਹਾਨੂੰ ਦਿਖਾਤੀ ਹੈ ਇੱਕ ਵੈੜ ਤੁਹਾਨੂੰ ਦਿਖਾਤੀ ਹੈ ਰੇਟ ਪੜਤਾ ਬਿਲਕੁਲ ਵਾਜਬ ਆ ਜਾਇਜ਼ ਰੇਟ ਪੜਤਾ ਹੈ ਤੇ ਬਾਕੀ ਮੇਰਾ ਵੀਰ ਇੱਥੇ ਆਓ ਆਪਣੀ ਤਸੱਲੀ ਕਰੋ ਆਪਾਂ ਹਰ ਵਾਰ ਵੀਡੀਓ ਦੇ ਵਿੱਚ ਵਾਰ-ਵਾਰ ਕਹਿੰਦੇ ਆ ਕਿਉਂਕਿ ਐਨੀਮਲ ਖਰੀਦਣਾ ਕਿਸੇ ਨੇ ਇੱਕ ਵਾਰ ਖਰੀਦਣਾ ਦੋਸਤੋ ਪਹਿਲੀ ਵਾਰ ਖਰੀਦਣਾ ਤਸੱਲੀ ਆਪਦੀ ਤੁਸੀਂ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਹੋਰ ਹਰਜੀਤ ਸਿੰਘ ਕੋਈ ਗੱਲਬਾਤ ਬਸ ਸੰਧੂ ਸਾਹਿਬ ਚੜ੍ਹਦੀ ਕਲਾ ਠੀਕ ਹੈ ਜੀ ਕਿਰਪਾ ਗੁਰੂ ਮਹਾਰਾਜ ਦੀ ਸ਼ੀਸ਼ ਆ ਗਿਆ ਆਪਣੇ ਕਰ ਦਈਏ ਨੰਬਰ ਸਾਂਝੇ ਫਿਰ ਹਾਂਜੀ 7475770164 ਠੀਕ ਹੈ ਜੀ ਹਾਂਜੀ ਤੇ ਇਹ ਨੰਬਰ ਆ ਤੇ ਇਹ ਤੇ WhatsApp ਵੀ ਚੱਲਦਾ ਵਾ ਠੀਕ ਹੈ ਜੀ Google Pay ਫੋਨ Pay ਸਭ ਕੁਝ ਇੱਥੇ ਚੱਲਦਾ ਵਾ ਐਡਰੈਸ ਤੁਸੀਂ ਮੈਂਸ਼ਨ ਕਰ ਹੀ ਦਿੱਤਾ ਆਪਣਾ ਬਿਲਕੁਲ ਹਾਂਜੀ ਲਓ ਦੋਸਤੋ ਬਾਕੀ ਐਡਰੈਸ ਦੋਸਤੋ ਕਨਫਰਮ ਮੈਂ ਕਰ ਇੱਕ ਵਾਰੀ ਫੇਰ ਕਰਾ ਦਿੰਦੇ ਆ ਪਿੰਡ ਟੋਟੀਆਂ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਜੀ ਤੇ ਪਸ਼ੂ ਆਉਂਦੇ ਰਹਿੰਦੇ ਵੀਰ ਦੇ ਕੋਲ ਇਸੇ ਤਰ੍ਹਾਂ ਦੋਸਤੋ ਕੋਈ 5-7 ਨਾਗ ਆਉਂਦੇ ਰਹਿੰਦੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਡੇਲੀ ਰੂਟੀਨ ਦੇ ਵਿੱਚ ਕੰਮ ਤੋਂ ਆਓ ਆਪਣੀ ਨਰਕ ਪਰਕ ਕਰੋ ਦੋਸਤੋ ਪਸ਼ੂ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਉਹਦੀ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।